ਕਹਿੰਦੇ ਦਰਸ਼ਨ ਗਿੱਲ ਜੀ ਹਾਂਜੀ ਬਾਕੀ ਫਿਰ ਭਰਾਵਾਂਗੇ ਸ਼ਰਧਾ ਜੀ ਮੈਨੂੰ ਚਾਹ ਨੀ ਪਿਆਈ ਪਾਣੀ ਨੀ ਪਿਆ ਉਹ ਸਾਰੀ ਜੋੜ ਲਿਆ ਕਹਿੰਦੇ ਆ ਜਾ ਹੁਣ ਇੱਧਰ ਮੈਂ ਵੀ ਚੱਲ ਕੋਈ ਗੱਲ ਨੀ ਇਹਨਾਂ ਦੀ ਮਰਜ਼ੀ ਹੈ ਦਰਸ਼ਨ ਗਿੱਲ ਸਾਹਿਬ ਹੋਣੀ ਅਸੀਂ ਇਕੱਠੇ ਉੱਥੇ ਟੋਰਾਂਟੋ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਦੋਸਤੋ ਅਸੀਂ ਹਰ ਸਾਲ ਆਈਦਾ ਤੁਹਾਡੇ ਦਰਸ਼ਨ ਕਰਨ ਵਾਸਤੇ ਇਹ ਪੰਜਾਬ ਹੈ ਜਿਹੜਾ ਇਹ ਸਾਨੂੰ ਬਹੁਤ ਸੋਹਣਾ ਲੱਗਦਾ ਔਰ ਤੁਸੀਂ ਬੜੇ ਚੰਗੇ ਲੱਗਦੇ ਹੋ ਪਰ ਇੱਕ ਗੱਲ ਦਾ ਮੈਨੂੰ ਦੁੱਖ ਹੁੰਦਾ ਅੱਜ ਕੱਲ੍ਹ ਜਿਹੜੇ ਕੰਮ ਧੰਦੇ ਛੱਡਦੇ ਨਾ ਆਪਾਂ ਉਹ ਕੰਮ ਉਹਨਾਂ ਤੁਹਾਨੂੰ ਗੱਲ ਦੱਸਣ ਲੱਗਾ ਇੱਕ ਅਸੀਂ ਉੱਥੇ ਮੋਰਨਿੰਗ ਵਾਕ ਸੁਬਹਾ ਸੁਬਹਾ ਗੇੜਾ ਕੱਢਦੇ ਹੁੰਦੇ ਹਾਂ ਤੇ ਉੱਥੇ ਇੱਕ ਮਾਤਾ ਆ ਜਾ ਕੇ ਔਰ ਪੰਛੀਆਂ ਨੂੰ ਰੋਟੀਆਂ ਪਾਉਣ ਵਾਸਤੇ ਲਾਤੀਆਂ ਵਧੀਆ ਘਟੀਆਂ ਤੇ ਇੱਕ ਬੁੜਾ ਮੈਨੂੰ ਕਹਿੰਦਾ ਮੈਂ ਇਹਦੇ ਨਾਲ ਗੱਲ ਕਰਨੀ ਹੈ ਤੁਹਾਡੀ ਕਮਿਊਨਿਟੀ ਦੀ ਮੈਂ ਕਰਾਂ ਦੱਸ ਕਹਿੰਦੇ ਹਰ ਰੋਜ਼ ਪੰਛੀਆਂ ਨੂੰ ਨਾ ਚੋਲਾ ਪਾਉਂਦੀਆਂ ਮੈਂ ਪਹਿਲਾਂ ਸਾਡੇ ਪੰਛੀਆਂ ਦੀਆਂ ਆਦਤਾਂ ਖਰਾਬ ਕਰ ਰਹੀਆਂ ਪਹਿਲਾਂ ਕਰਕੇ ਖਾਂਦੇ ਸੀ ਹੁਣ ਆਪਣੇ ਨਾਲ ਕੀ ਹੋ ਰਿਹਾ ਇੱਥੇ ਅਗਲੇ ਚਾਰ ਰੁਪਈਏ ਆਟਾ ਦੇ ਦਿਓ ਦਾਲ ਦੇ ਦਿਓ ਕਹਿੰਦੇ ਦੇਣਾ ਪਸੰਦ ਹੋ ਕੰਮ ਦੇ ਦਿਓ ਉਹਨਾਂ ਨੂੰ ਲਓ ਜਿਹੜਾ ਮੁੰਡਾ ਬੁੱਕ ਲੈ ਕੇ ਆਇਆ ਤੁਹਾਡੇ ਸਾਹਮਣੇ ਗੇੜਾ ਲਾਊਗਾ ਹੈ ਜਿਹਨੂੰ ਕਿਸੇ ਨੂੰ ਜ਼ਰੂਰਤ ਹੈ ਇੱਕ ਸੌ ਇੱਕ ਸ਼ੇਰ ਹੈ ਕਹਿੰਦਾ ਮੈਥੋਂ ਸੋਹਣਾ ਨਹੀਂ ਜੱਗ ਤੇ ਜੰਮ ਸਕਦਾ ਹਰ ਇੱਕ ਬੰਦੇ ਨੂੰ ਇਹ ਗਰੂਰ ਹੁੰਦਾ ਤੇ ਮੇਰੇ ਸਾਹਮਣੇ ਰੱਬ ਨਹੀਂ ਝਾਕ ਸਕਦਾ ਵੇਲੀ ਬੰਦੇ ਨੂੰ ਇਹ ਫਤੂਰ ਹੁੰਦਾ ਪਰ ਲੰਮੀ ਜ਼ਿੰਦਗੀ ਕਦੇ ਨਹੀਂ ਭੋਗ ਸਕਦਾ ਮਾੜੇ ਕੰਮਾਂ ਵਿੱਚ ਜਿਹੜਾ ਮਸ਼ਹੂਰ ਹੁੰਦਾ ਤੇ ਮੱਖਣ ਬਰਾੜਾ ਜੇ ਕਤਲ ਵੀ ਕਰਨ ਦੋਵੇਂ ਬਹੁਤ ਤਗੜਾ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਮੱਖਣ ਬਰਾੜ ਜੀ ਦੇ ਦੁਨੀਆਂ ਦੇ ਵਿੱਚ ਮਸ਼ਹੂਰ ਸ਼ੇਰ ਤੁਸੀਂ ਸੁਣੇ ਹੈ ਸਮੁੱਚੀ ਟੀਮ ਦੇ ਲਈ ਬਾਬਾ ਕਨੇਡਾ ਰਮਨ ਘਾਲੀ ਕਨੇਡਾ ਤੇ ਗੁਰਭੇਜ ਗਿੱਲ ਕਨੇਡਾ ਵਾਲੇ 500 ਰੁਪਈਆ ਸਾਫੂ ਵਾਲੇ ਦੀ ਟੀਮ ਲਈ ਭੇਜਦੇ ਆ ਇੱਧਰ ਅਮਨਾ ਸਰਪੰਚ ਤਿਆਰ ਹੈ ਤੇ ਨਾਲ ਕਹਿੰਦੇ ਰਿੰਪਾ ਸਾਡਾ ਵੀ ਆਸਟ੍ਰੇਲੀਆ ਵਾਲਾ ਹਰ ਪੁਆਇੰਟ ਤੇ 100-100 ਰੁਪਈਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਭਾਈ ਫਿਰ ਕਬੱਡੀ ਕਹਿੰਦੇ ਸ਼ੁਸ਼ਕ ਦੀ ਧਰਤੋ ਇਸ ਨਵਜੋਤ ਗੱਭਰੂ ਦੀ ਚਾਰ ਜਾਫੀਆਂ ਵਿੱਚ ਜੰਗੀਆਂ ਦੇ ਗਿੱਲ ਪਰਿਵਾਰ ਦਾ ਸਰਦਾਰ ਹਰਵੰਸ਼ ਸਿੰਘ ਦਾ ਪੁੱਤਰ ਹੈ ਮੇਰੇ ਵੀਰੋ ਚੜ੍ਹਦੀ ਜਵਾਨੀ ਹੈ ਖੁਸ਼ਬੁੱਟ ਗੱਭਰੂ ਹੈ ਫਿਰ ਮੈਦਾਨ ਦੇ ਵਿੱਚ ਪੂਰੀ ਕੋਸ਼ਿਸ਼ ਕਰਦਾ ਪਰ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਗੋਰਾ ਸਾਫੂ ਵਾਲੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਾਧਾ ਹੋਇਆ ਸਾਫੂ ਵਾਲੇ ਦੀ ਧਰਤੀ ਦਾ ਨੌਜਵਾਨ ਗੋਰਾ ਕਬੱਡੀ ਪਾ ਰਿਹਾ ਧਰਮੰਤ ਵਰਗੇ ਗੇਜੇ ਵਰਗੇ ਦੁਨੀਆ ਭਰ ਦੇ ਮਹਾਨ ਕਬੱਡੀ ਖਿਡਾਰੀ ਹੈ ਬਾਬਾ ਕਨੇਡਾ ਰਮਨ ਘਾਲੀ ਕਨੇਡਾ ਤੇ ਗੁਰਭੇਜ ਗਿੱਲ ਕਨੇਡਾ ਵਾਲੇ 500 ਰੁਪਏ ਦਾ ਮਾਨ ਸਨਮਾਨ ਸਾਫੂ ਵਾਲੇ ਦੀ ਟੀਮ ਲਈ ਭੇਜਦੇ ਆ ਬਾਬਾ ਕਨੇਡਾ ਰਮਨ ਘਾਲੀ ਕਨੇਡਾ ਤੇ ਗੁਰਭੇਜ ਗਿੱਲ ਕਨੇਡਾ ਉਧਰ ਰਿੰਪਾ ਆਸਟ੍ਰੇਲੀਆ ਤੇ ਅਮਨਾ ਸਰਪੰਚ ਇਹਨਾਂ ਦੀ ਤਰਫੋਂ 100 ਰੁਪਏ ਦੇ ਮਾਨ ਸਨਮਾਨ ਗੋਰੇ ਦੇ ਲਈ ਪੁੱਜ ਗਏ ਆ ਅਗਲੇ ਮੈਚ ਦੀਆਂ ਟੀਮਾਂ ਦਾਦਰ ਤੇ ਭਿੰਡਰ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ ਦਾਦਰ ਤੇ ਭਿੰਡਰ ਦੀਆਂ ਟੀਮਾਂ ਨਾਲ ਪਾਈ ਹੋਈ ਕਬੱਡੀ ਨਵਜੀਤ ਗੁਰਪ੍ਰੀਤ ਜੰਗੀ ਵਾਲੇ ਦਾ ਅਜਮੇਰ ਸਿੰਘ ਆਲਮ ਵਾਲੇ ਦਾ ਫੈਸਲਾ ਕਰਦਾ ਵੀ ਪੁਆਇੰਟ ਜਾਫੀ ਦਾ ਇਸ ਜਾਫੀ ਦੇ ਲਈ ਵੀ ਅਮਨਾ ਸਰਪੰਚ ਤੇ ਰਿੰਪਾ ਆਸਟ੍ਰੇਲੀਆ ਵਾਲਾ 100 ਰੁਪਏ ਦੇ ਮਾਨ ਸਨਮਾਨ ਹੈ ਇਧਰ ਨਵਜੀਤ ਸੁੱਖਾ ਸਾਫੂ ਵਾਲੇ ਆ ਦੋ ਵਾਰ ਕਨੇਡਾ ਦੇ ਖੇਡ ਮੈਦਾਨਾਂ ਵਿੱਚ ਮੇਰੇ ਵੀਰੋ ਖੇਡਿਆ ਧਰਮੰਤ ਯਾਦਵ ਸਿਆ ਪੱਕੇ ਤੌਰ ਤੇ ਕਨੇਡਾ ਦੇ ਮੈਦਾਨਾਂ ਵਿੱਚ ਇਸ ਵੇਲੇ ਸੁੱਖੇ ਦੀ ਭਈ ਹੋਈ ਕਬੱਡੀ ਹੈ ਔਰ ਜਾਫੀ ਪੂਰੀ ਜੋਰ ਲੱਗਣ ਵਾਲੀ ਗੱਲ ਹੈ ਬਹੁਤ ਤਗੜਾ ਜੱਫਾ ਲਾ ਕੇ
ਨੌਜਵਾਨ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਹੋਇਆ ਉਧਰ ਗੇਜਾਂ ਸਾਫੋ ਵਾਲੇ ਕਹਿੰਦੇ ਅਲਬਰਟਾ ਦਾ ਸਭ ਤੋਂ ਸੋਹਣਾ ਸ਼ਹਿਰ ਕੈਲਗਰੀ ਉਹਦੇ ਵਿੱਚ ਜਾ ਵਸਿਆ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਹੈ ਗੇਜਾਂ ਮੇਰੇ ਵੀਰੋ ਕਨੇਡਾ ਦੇ ਵਿੱਚ ਵਧੀਆ ਕੰਮ ਕਾਰ ਹੈ ਸੱਚੇ ਪਾਤਸ਼ਾਹ ਦੀ ਮਿਹਰ ਹੈ ਸਰਦਾਰ ਵਕੀਲ ਸਿੰਘ ਦਾ ਸਪੁੱਤਰ ਹੈ ਸਰਕਾਰੀ ਮਸ਼ਹੂਰ ਜਾਤੀ ਹੈ ਉਧਰ ਆਪਣਾ ਸਰਪੰਚ ਤੇ ਨਾਲ ਹਰੇਕ ਆਸਟ੍ਰੇਲੀਆ ਵਾਲਾ 100 ਦੀ ਮਾਨ ਕਰਦਾ ਹੈ 100 ਰੁਪਇਆ ਪਾਪਾ ਆਸਟ੍ਰੇਲੀਆ ਵਾਲਾ ਵੀ 100 ਰੁਪਏ ਦੇ ਮਾਨ ਸਨਮਾਨ ਅਮਨਾ ਸਰਪੰਚ ਤੇ ਰਿੰਪਾ ਆਸਟ੍ਰੇਲੀਆ ਵੱਲੋਂ ਵੀ 100 ਰੁਪਏ ਦੇ ਮਾਨ ਸਨਮਾਨ ਦੀ ਇੱਧਰ ਨੌਜਵਾਨ ਪਿੰਡਾਂ ਕਬੱਡੀ ਪਾਉਂਦਾ ਹੋਇਆ ਸਾਫੂ ਵਾਲੀ ਆ ਮੱਖਣ ਡੀਪੀ ਦੀ ਟੀਮ ਨੂੰ ਖੇਡਦਾ ਰਿੰਪਾ ਆਸਟ੍ਰੇਲੀਆ ਤੇ ਅਮਨਾ ਸਰਪੰਚ ਹਰ ਇੱਕ ਪੁਆਇੰਟ ਤੇ ਸਾਫੂ ਵਾਲੀ ਦੀ ਟੀਮ ਨੂੰ 100 ਰੁਪਏ ਦੇ ਮਾਨ ਸਨਮਾਨ ਦੇ ਰਹੇ ਆ ਅਮਨਾ ਸਰਪੰਚ ਤੇ ਰਿੰਪਾ ਆਸਟ੍ਰੇਲੀਆ ਵੱਲੋਂ ਇਸ ਪੁਆਇੰਟ ਤੇ ਵੀ ਵੱਡੇ ਮਾਇਆ ਦੇ ਗੱਫੇ ਆ ਦਾਦਰ ਤੇ ਭਿੰਡਰ ਦੀਆਂ ਟੀਮਾਂ ਅਗਲੇ ਮੈਚ ਲਈ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਦਾਦਰ ਤੇ ਭਿੰਡਰ ਦੀਆਂ ਟੀਮਾਂ ਲਓ ਭਾਈ ਫਿਰ ਕਬੱਡੀ ਮਿਲ ਗਈ ਖੇਡ ਮੈਦਾਨ ਦੇ ਵਿੱਚ ਚਾਰ ਜਾਫੀਆਂ ਵਿੱਚ ਮਨਪ੍ਰੀਤ ਸਿੰਘ ਹੈ ਕਹਿੰਦੇ ਧਨਵੰਤ ਦਾ ਵੀਰ ਹੈ ਨਾਲ ਕਹਿੰਦੇ ਜੰਗੀ ਵਾਲੇ ਦਾ ਗੁਰਪ੍ਰੀਤ ਸਿੰਘ ਦੁਨੀਆ ਭਰ ਦਾ ਮਹਾਨ ਕਬੱਡੀ ਖਿਡਾਰੀ ਹੈ ਫੜਿਆ ਹੋਇਆ ਫੁੱਟ ਮੈਂ ਕਿਹਾ ਹੋਇਆ ਜੋਰ ਦੋਨੋਂ ਗੱਭਰੂਆਂ ਦੇ ਦਰਮਿਆਨ ਮਿਲ ਗਈ ਅੱਡੀ ਚੋਟੀ ਦਾ ਜ਼ੋਰ ਲੱਗਣ ਵਾਲੀ ਗੱਲ ਪਰ ਪੁਆਇੰਟ ਢਾਵੀ ਦੇ ਹਿੱਸੇ ਜੁੜਦਾ ਹੋਇਆ ਗੋਰਾ ਨੌਜਵਾਨ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਮਿਲ ਗਏ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਦਾਦਰ ਤੇ ਭਿੰਦਰ ਸੈਦੋਕੇ ਤੇ ਬਘੇਲਾ ਇਹ ਟੀਮਾਂ ਜਿਹੜੀਆਂ ਜਲਦੀ ਨਾਲ ਖੇਡ ਪੁੱਜਣ ਪਾਰਟੀ ਪਿੱਛੇ ਕਰ ਲਾ ਮਾੜਾ ਸੱਟ ਉਧਰ ਸਾਡੇ ਵੀਰ ਪਾਪਾ ਤੇ ਰਿੰਪਾ ਆਸਟ੍ਰੇਲੀਆ ਨਾਲ ਅਮਨਾ ਸਰਪੰਚ ਜਿੰਨੇ ਵੀ ਜੱਫੇ ਲੱਗਣਗੇ ਉਨੇ ਹੀ 100-100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਪਾਪਾ ਤੇ ਰਿੰਪਾ ਆਸਟ੍ਰੇਲੀਆ ਤੇ ਨਾਲ ਅਮਨਾ ਸਰਪੰਚ ਸਾਡਾ ਵੀਰ ਬੜੇ ਮਾਣ ਕਰੇਗਾ ਜਿੰਨੇ ਵੀ ਜਾਫੀ ਜੱਫੇ ਲਾਉਣਗੇ ਇਧਰ ਭਾਈ ਫਿਰ ਕਬੱਡੀ ਮਿਲ ਗਏ ਲੱਗਦਾ ਹੋਇਆ ਜੱਫਾ ਖੇਡ ਮੈਦਾਨ ਦੇ ਵਿੱਚ ਇਸ ਨੌਜਵਾਨ ਦੇ ਲਈ ਵੀ ਅਮਨਾ ਸਰਪੰਚ ਪਾਪਾ ਆਸਟ੍ਰੇਲੀਆ ਤੇ ਰਿੰਪਾ ਆਸਟ੍ਰੇਲੀਆ ਇਹਨਾਂ ਵੀਰਾਂ ਦੀ ਤਰਫੋਂ 100 ਰੁਪਏ ਦੇ ਮਾਨ ਸਨਮਾਨ ਲੱਖੇ ਦੇ ਲਈ ਪੁੱਜ ਗਿਆ ਇਧਰ ਪਿੰਡਾਂ ਕਬੱਡੀ ਪਾਉਣ ਦੇ ਲਈ ਮਿਲ ਗਏ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਜਾਫੀ ਬਿਲਕੁਲ ਤਿਆਰ ਨੇ ਭਾਈ ਫਿਰ ਕਬੱਡੀ ਮੇਰੇ ਵੀਰੇ ਉਸ ਨੌਜਵਾਨ ਗੱਭਰੂ ਦੀ ਬਲਕਰਮ ਸ਼ੋਸ਼ਕ ਦੀ ਧਰਤੀ ਦਾ ਪੂਰੀ ਕੋਸ਼ਿਸ਼ ਕਰਦਾ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਪਿੰਡੇ ਦੇ ਲਈ ਰਿੰਪਾ ਆਸਟ੍ਰੇਲੀਆ ਤੇ ਨਾਲ ਅਮਲੇ ਸਰਪੰਚ ਦੀ ਤਰਫੋਂ 100 ਰੁਪਏ ਦੇ ਮਾਨ ਸਨਮਾਨ ਦੀ ਇਧਰ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰ ਬਾਬਾ ਕਨੇਡਾ ਜੀ ਘਾਲੀ ਰਮਨ ਘਾਲੀ ਕਨੇਡਾ ਗੁਰਭੇਜ ਗਿੱਲ ਕਨੇਡਾ ਸਮੁੱਚੀ ਟੀਮ ਦੇ ਲਈ 500 ਰੁਪਏ ਦੇ ਮਾਨ ਸਨਮਾਨ ਭੇਜਦੇ ਆ ਸਾਫੂ ਵਾਲੇ ਦੀ ਟੀਮ ਦੇ ਲਈ ਇਧਰ ਨੌਜਵਾਨ ਦੀ ਭਾਈ ਫਿਰ ਕਬੱਡੀ ਤੇ ਵੇਖ ਰਿਹਾ ਵੀ ਨੌਜਵਾਨ ਜੱਸੀ ਇਹ ਵੀ ਕਨੇਡਾ ਦੇ ਖੇਡ ਮੈਦਾਨਾਂ ਵਿੱਚ ਖੇਡਿਆ ਹਮਲੇ ਸਰਪੰਚ ਵੱਲੋਂ ਰਿੰਪੇ ਉਹਨਾਂ ਵੱਲੋਂ ਆਸਟ੍ਰੇਲੀਆ ਵਾਲੇ ਵੀਰਾਂ ਦੀ ਤਰਫੋਂ 100 ਰੁਪਏ ਦੇ ਮਾਨ ਸਨਮਾਨ ਨੇ ਪਾਪਾ ਆਸਟ੍ਰੇਲੀਆ ਜੀ ਉਹਨਾਂ ਵੱਲੋਂ ਵੀ 100 ਰੁਪਏ ਦੇ ਮਾਨ ਸਨਮਾਨ ਪੁੱਜ ਗਏ ਇਧਰ ਚਰਨਪ੍ਰੀਤ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਮਿਲ ਗਏ ਹੈਲੋ ਕੁਲਦੀਪ ਕਾਰਗਰੀ ਵੱਲੋਂ ਜੱਸੀ ਨੂੰ 100 ਰੁਪਏ ਜੀ ਜੱਸੀ ਚਰਨਪ੍ਰੀਤ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਹੈ 500 ਰੁਪਇਆ ਰਿੰਪਾ ਆਸਟ੍ਰੇਲੀਆ ਤੇ ਨਾਲ ਅਮਨਾ ਸਰਪੰਚ 100 ਰੁਪਇਆ ਪਾਪਾ ਆਸਟ੍ਰੇਲੀਆ ਵਾਲਾ ਚਰਨਪ੍ਰੀਤ ਨੇ ਭੇਜਦਾ ਹੈ ਸਾਫੂ ਵਾਲੇ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਤਾੜੀਆਂ ਮਾਰ ਦੋ ਦਰਸ਼ਕ ਜੀ ਸਾਫੂ ਵਾਲੇ ਦੀ ਟੀਮ ਇਸ ਮੈਚ ਦੀ ਵਿਨਰ ਟੀਮ ਰਹੀ ਹੈ ਛੱਤਰ ਸਿੰਘ ਮੰਡੀ ਤੇ ਸਰਦਾਰ ਬਲਜਿੰਦਰ ਸਿੰਘ ਜੀ ਬੋਪਾਲਿਆਂ ਵੱਲੋਂ ਪਰਮੇ ਦਾ ਕਾਪਰੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਅਸੀਂ ਟੂਰਨਾਮੈਂਟ ਕਮੇਟੀ ਵੱਲੋਂ ਭੋਲਾ ਸਿੰਘ ਮੰਡੀ ਦਾ ਬਹੁਤ ਬਹੁਤ ਧੰਨਵਾਦ
ਛੱਤਰ ਸਿੰਘ ਮੱਲੀ ਦੇ ਚਾਰ ਪ੍ਰੀਤਲੀ ਚਰਨ ਸਿੰਘ ਜੀ ਗੇਮ ਲਈ ਜਾਵਾਂ 100 ਰੁਪਇਆ ਭੇਜਦੇ ਆ। ਧੰਨਵਾਦ ਕਰਦੇ ਇਸ ਪਰਿਵਾਰ ਦਾ। 100 ਰੁਪਇਆ ਜੱਸੀ ਦੇ ਲਈ ਚਰਨ ਸਿੰਘ ਜੀ ਗਿੱਲ ਕਨੇਡਾ ਵਾਲੇ ਭੇਜਦੇ ਆ। ਹਾਂਜੀ ਬਹੁਤ ਬਹੁਤ ਧੰਨਵਾਦ ਹੈ। ਜਗਜੀਤ ਸਿੰਘ ਜੀ ਡਾਕਟਰ ਖੁਦ ਸੇਵ ਸਿੰਘ। ਹਾਂਜੀ ਦਰਸ਼ਨ ਸਿੰਘ ਢਾਲੀ ਵੱਲੋਂ 500 ਰੁਪਇਆ ਜਿਹੜੀ ਸਾਥੋਂ ਦੀ ਟੀਮ ਜਿੱਤੀ ਹੈ ਇਹਨਾਂ ਨੂੰ ਦਿੱਤਾ ਜਾਂਦਾ। ਸਾਡੇ ਕੋਲ 500 ਰੁਪਇਆ ਨਜ਼ਰ ਮੇਰੇ ਕੋਲ ਆ ਕੇ ਜੰਗੀਆਂ ਨੇ ਗੁਰਪ੍ਰੀਤ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਵੇਗਾ। ਹੈਲੋ ਜੱਸੀ ਤੇ ਬੱਬੂ ਦਾ ਹੈਲੋ ਧੰਨਵਾਦ। ਸਾਥੋਂ ਲਈ ਵੱਲੋਂ 5500 ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ। ਹੈਲੋ ਅੱਛਾ ਜੀ ਦਰਸ਼ਨ ਜੀ ਬਰਾੜ ਦਰਸ਼ਨ ਬਰਾੜ ਜੋ ਆਪਣੇ ਇੱਥੇ ਆਪਣੇ ਸ਼੍ਰੀਨਗਰ ਤੇ ਪਹੁੰਚੇ ਨੇ ਉਹਨਾਂ ਨੇ ਦਰਸ਼ਨ ਸਿੰਘ ਜੀ ਢਾਲੀ ਨੇ ਉਹ ਸਾਡੇ ਇੱਥੇ ਪਹੁੰਚੇ ਨੇ ਟੂਰਨਾਮੈਂਟ ਕਮੇਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਇਹਨਾਂ ਵਿਦੇਸ਼ੀ ਵੀਰਾਂ ਦਾ ਜੋ ਅੱਜ ਦੇ ਸਮੇਂ 'ਚ ਖੇਡ ਮੇਲੇ 'ਤੇ ਪਹੁੰਚੇ ਨੇ। ਅਸੀਂ ਪੰਮਾ ਸਿੰਘ ਸਵਰਗਿਆ ਸਵਰਗ ਹੈਲੋ ਗੱਲ ਅਜੀਤ ਕੋਕਰੀ ਉਹਨਾਂ ਦੇ ਭਾਈ ਸਾਹਿਬ ਵੀ ਇੱਥੇ ਇਹਨਾਂ ਦੇ ਨਾਲ ਆ ਕੇ ਬਹੁਤ ਮਾਣ ਸਨਮਾਨ ਕਰ ਰਹੇ ਹਨ ਟੂਰਨਾ ਕਮੇਟੀ ਵੱਲੋਂ ਧੰਨਵਾਦ। ਬ੍ਰੇਕ ਹੀ ਕਹਿੰਦਾ ਹੈਲੋ ਹੈਲੋ ਰੋਸ਼ਨ ਬ੍ਰੇਕ ਆ ਰਹੀ ਹੈ ਦੇ ਵਿੱਚ ਬੈਟਰੀ ਬੰਦੀ ਕਰਾਇਆ ਜੀ। ਅਸੀਂ ਸਵਰਗਵਾਸੀ ਪਰਿਵਾਰ ਵੱਲੋਂ ਪੰਮਾ ਮੰਡੀਲਾ ਉਹਨਾਂ ਵੱਲੋਂ ਏ ਟੀਮ ਦਾ ਫਸਟ ਨਾਮ 41,000 ਰੁਪਇਆ ਦਿੱਤਾ ਗਿਆ। ਅਸੀਂ ਉਸ ਪੰਮਾ ਮੰਡੀਲਾ ਦਾ ਧੰਨਵਾਦ ਕਰਦੇ ਹਾਂ ਉਹਦੇ ਮਿੱਤਰ ਵਾਸਤੇ ਉਹਨਾਂ ਨੇ ਏ ਟੀਮ ਦਾ ਫਸਟ ਤੇ ਸੈਂਡ ਨਾਮ ਸਾਨੂੰ ਅੱਜ ਹੀ ਫੋਨ ਤੇ ਉਹਨਾਂ ਨੇ ਦੱਸ ਦਿੱਤਾ ਕਿ ਆਉਂਦੇ 13ਵੇਂ ਮੇਲੇ ਦਾ ਜੋ ਫਸਟ ਨਾਮ ਹੋਊਗਾ ਏ ਟੀਮ ਦਾ ਫਸਟ ਦੇ ਸੈਂਡ ਉਹ ਪੰਮਾ ਮੰਡੀਲਾ ਵੱਲੋਂ ਦਿੱਤਾ ਜਾਊਗਾ। ਪੰਮਾ ਮੰਡੀਲਾ ਦਾ ਬੋਪਾ ਰਾਏ ਦਾ ਟੂਰਨਾਮੈਂਟ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਸਾਥੂਆ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਾਰੇ ਨਗਰ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ। ਦਸ ਕਵੀਰਾਂ ਵੱਲੋਂ ਵੀ ਬਹੁਤ ਬਹੁਤ ਮੰਡੀਲਾ 41,000 ਦਾ ਨਾਮ ਐਲਗੀ ਵੀ ਪੰਮਾ ਮੰਡੀਲਾ ਵਿੱਚ ਦਿੱਤਾ ਜਾਣਾ। ਹੈਲੋ ਹਾਂਜੀ ਗਾਮਾ ਟੈਂਪੂ ਵਾਲਾ ਜੇਲੀ ਚੀਮੇ ਨੂੰ ਸਟੇਜ ਦੇ ਪਿਛਲੇ ਬੰਦੇ ਮਿਲੂ ਗਾਮਾ ਟੈਂਪੂ ਵਾਲਾ ਬਿੱਟੂ ਤੇ ਗੋਰੇ ਘਾਲੀ ਵੱਲੋਂ ਗੋਰੇ ਦਾ 11,000 ਰੁਪਏ ਦਾ ਮਾਨ ਸਨਮਾਨ ਕੀਤਾ ਜਾਣਾ ਹੈ। 72 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਕੋਟ ਕਰੋੜ ਸਾਫੂ ਵਾਲਾ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ। ਆਹ ਮੈਚ ਬਹੁਤ ਤਕੜਾ ਮੈਚ ਆ ਮੇਰੇ ਵੀਰੋ। ਇੱਕ ਪਾਸੇ ਕਹਿੰਦੇ ਉਹ ਬਾਅਦ ਵਾਲੀ ਟੀਮ ਹੈ ਅਸੀਂ ਫਾਈਨਲ ਮੈਚ ਕਰਵਾਉਣਾ ਆਉਣਾ ਉਹ ਦੋਨੇ ਟੀਮਾਂ ਤਿਆਰ ਹੋ ਕੇ ਗਰਾਊਂਡ ਵਿੱਚ ਆ ਜਾਣਾ 72 ਕਿਲੋ ਦਾ ਫਾਈਨਲ। ਗੁਰਪ੍ਰੀਤ ਜੰਗੀਆਂ ਨੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ ਹੈ। ਗੋਰੇ ਕਬੱਡੀ ਖਿਡਾਰੀ ਦਾ ਗੋਰੇ ਘਾਲੀ ਤੇ ਬਿੱਟੂ ਘਾਲੀ ਵੱਲੋਂ ਵਿਸ਼ੇਸ਼ ਤੌਰ ਤੇ 11,000 ਰੁਪਏ ਦਾ ਮਾਨ ਸਨਮਾਨ ਕੀਤਾ ਜਾਣਾ ਹੈ। ਗੋਰਾ ਖੇਡ ਗਰਾਊਂਡ ਦੇ ਵਿੱਚ ਪੁੱਜ ਜਾਵੇ ਤੇ ਬੂਟਾ ਨੌਜਵਾਨ ਹੈਲੋ 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 ਧੰਨਵਾਦ
ਧੰਨਾ ਜਵਾਨਾਂ ਜੀ ਆਪਣਾ ਸਰਪੰਚ ਜੀ ਪੱਪਾ ਤੇ ਰਿੰਪਾ ਆਸਟ੍ਰੇਲੀਆ ਵਾਲੇ ਸਾਡੇ ਵੀਰ ਗੁਰਪ੍ਰੀਤ ਜੰਗੀ ਵਾਲੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕਰ ਲਈਏ। ਇੱਧਰ ਘਗਨਾ ਕਬੱਡੀ ਪਾ ਰਹੇ ਮੇਗੀ ਭਿੰਦਰ ਪਿੰਡ ਦਾ, ਜਿੱਥੋਂ ਦੇ ਸ਼ੀਰੇ ਵਰਗੇ ਦੁਨੀਆ ਭਰ ਦੇ ਮਹਾਨ ਕਬੱਡੀ ਖਿਡਾਰੀ ਹੈ। ਬਲਜਿੰਦਰ ਸਿੰਘ ਨਾਮ ਹੈ, ਦੁਨੀਆ ਸੰਧੂਏ ਦੇ ਨਾਂ ਦੇ ਨਾਲ ਜਾਣਦੀ ਇਸ ਕਬੱਡੀ ਖਿਡਾਰੀ ਨੂੰ। ਬਹੁਤ ਤਕੜਾ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਇੱਧਰ ਨੌਜਵਾਨ ਬਲਦੇਵ ਸਿੰਘ ਪਿਰਤੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਇੱਕ ਗੱਲੀ ਤੇ ਕਹਿੰਦੇ ਰਾਜੂ ਹੈ ਪਿਆਰ ਦਾ ਛੋਟਾ ਬਗੀਚਾ ਕਹਿੰਦੇ ਆ ਇਸ ਨੌਜਵਾਨ ਖਿਡਾਰੀ ਨੂੰ। ਨਾਲ ਚੱਲਦਾ ਹੋਇਆ ਮੁਕਾਬਲਾ ਹੋਇਆ ਹੋਇਆ ਗੁੱਟ ਨੌਜਵਾਨ ਪਿਰਤੀ ਤੇ ਰਾਜੂ ਦੇ ਦਰਮਿਆਨ ਲੱਗਿਆ ਹੋਇਆ ਅੱਡੀ ਚੋਟੀ ਵਾਲ ਯੋਗ ਮਿੱਤਰੋ ਪੁਆਇੰਟ ਪਿਰਤੀ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਭਿੰਦਰ ਪਿੰਡ ਦਾ ਰਮਨਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਸੈਦੋ ਕੇ ਤੇ ਬਘੇਲੇ ਦੀਆਂ ਟੀਮਾਂ ਅਗਲੇ ਮੈਚ ਲਈ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ, ਉਸ ਤੋਂ ਬਾਅਦ ਕਬੱਡੀ 72 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ। ਉਹ ਵੀ ਟੀਮਾਂ ਜਿਹੜੀਆਂ ਤਿਆਰ ਰਹਿਣਗੀਆਂ ਕੋਟ ਗਰੂੜ ਤੇ ਸਾਫੂ ਵਾਲੇ ਦੀਆਂ ਟੀਮਾਂ। ਇੱਧਰ ਨੌਜਵਾਨ ਰਮਨ ਕਬੱਡੀ ਪਾਉਂਦਾ ਹੋਇਆ ਇੱਕ ਗੱਲੀ ਤੇ ਕਾਲਾ ਹੈ ਉਧਰ ਵੇਖਦੇ ਵੀ ਫੈਸਲਾ ਕਰਦਾ ਹੋਇਆ ਫੂਲੇ ਵਾਲੀਆਂ ਸਾਡਾ ਵੀਰ ਵੀ ਪੁਆਇੰਟ ਜਿਹੜਾ ਧਾਵੀ ਦੇਸ ਤੇ ਜੁੜਦਾ ਹੋਇਆ। ਦਲੀਪ ਸਿੰਘ ਯੂਐਸਏ ਵੱਲੋਂ ਜੋ 62 ਕਿਲੋ ਦਾ ਫਸਟ ਅਤੇ ਸੈਕਿੰਡ ਇਨਾਮ ਦਲੀਪ ਸਿੰਘ ਯੂਐਸਏ ਵੱਲੋਂ ਦਿੱਤਾ ਗਿਆ। ਅਸੀਂ ਦਲੀਪ ਸਿੰਘ ਯੂਐਸਏ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਰਿੰਪਾ ਆਸਟ੍ਰੇਲੀਆ ਪੱਪਾ ਆਸਟ੍ਰੇਲੀਆ ਦੇਵ ਯੂਐਸਏ ਇਹਨਾਂ ਵੱਲੋਂ ਜੋ 72 ਕਿਲੋ ਦਾ ਨਾਮ ਦਿੱਤਾ ਜਾਣਾ ਹੈ ਔਰ ਇਹ ਟੀਮ ਨੂੰ ਫਸਟ ਅਤੇ ਸੈਕਿੰਡ ਨੂੰ ਅਤੇ ਫਸਟ ਅਰੇਡਰ ਅਤੇ ਜਾਪੀ ਨੂੰ ਇਹਨਾਂ ਵੱਲੋਂ ਕੱਪ ਵੀ ਦਿੱਤੇ ਜਾਣੇ ਹੈ 21,000 ਦੇ ਇਨਾਮ ਦੇ ਨਾਲ ਇਸ ਟੀਮ ਨੂੰ ਨਾਮ ਦਿੱਤਾ ਜਾਣਾ। ਅਸੀਂ ਰਿੰਪਾ ਆਸਟ੍ਰੇਲੀਆ ਅਤੇ ਦੇਵ ਯੂਐਸਏ ਅਤੇ ਪੱਪਾ ਆਸਟ੍ਰੇਲੀਆ ਇਹਨਾਂ ਤਿੰਨੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਟੂਰਨਾਮੈਂਟ ਕਮੇਟੀ ਵੱਲੋਂ ਆਉਂਦੇ ਸਾਲ ਵਾਸਤੇ ਵੀ ਥੋੜੇ ਸਮੇਂ ਬਾਅਦ ਅਸੀਂ ਡਿਕਲੇਅਰ ਕਰ ਦੇਣਾ ਵੀ ਆਉਂਦੇ ਟੂਰਨਾਮੈਂਟ ਤੇ ਕਿੰਨੇ ਪੈਸੇ ਦੇਣਗੇ ਤੇ ਕਿਹੜੀ ਕਿਹੜੇ ਏ ਟੀਮ ਨੂੰ ਜਾਂ ਬੀ ਟੀਮ ਨੂੰ ਦੇਣਗੇ ਉਹਨੂੰ ਬਾਅਦ ਦੱਸਾਂਗੇ। ਧੰਨਵਾਦ। ਇਸ ਲਈ ਰਮਨ ਭਿੰਦਰ ਪਿੰਡ ਦਾ ਨੌਜਵਾਨ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਚਾਰ ਜਾਫੀ ਦਾਦਰ ਪਿੰਡ ਕਹਿੰਦੇ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ। ਗੁਰਪ੍ਰੀਤ ਸਿੰਘ ਰਾਣੇ ਦੀ ਸਪੌਂਸਰ ਕੀਤੀ ਹੋਈ ਟੀਮ ਹੈ। ਨੌਜਵਾਨ ਰਮਨੇ ਦੀ ਪਈ ਹੋਈ ਕਬੱਡੀ ਤੇ ਬਿੰਦਰ ਬਲਜਿੰਦਰ ਸਿੰਘ ਲਾਓ ਕਾਲੇ ਦਾ ਮੁਕਾਬਲਾ ਤੇ ਪੁਆਇੰਟ ਇਸ ਲਈ ਧਾਵੀ ਦੇ ਹਿੱਸੇ ਜੁੜਦਾ ਹੋਇਆ ਇੱਧਰ ਨੌਜਵਾਨ ਬੂਟਾ ਦਾਦਰ ਪਿੰਡ ਦਾ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਦੀ ਟੀਮ ਵੱਲੋਂ ਖੇਡਦਾ ਪੰਜਾਬ ਦੇ ਕਬੱਡੀ ਕੱਪਾਂ ਤੇ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਐਡਜਸਟ ਕਰਦਾ ਹੋਇਆ ਸੈਦੋ ਕੇ ਤੇ ਬਘੇਲੇ ਦੀਆਂ ਟੀਮਾਂ ਅਗਲੇ ਮੈਚ ਲਈ ਤਿਆਰ ਰਹਿਣ। ਸੈਦੋ ਕੇ ਤੇ ਬਘੇਲੇ ਦੀਆਂ ਟੀਮਾਂ ਉਸ ਤੋਂ ਬਾਅਦ ਕਬੱਡੀ 72 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਦੋਨੋਂ ਟੀਮਾਂ ਕੋਟ ਗਰੂੜ ਦੇ ਸਾਫੂ ਵਾਲੋਂ ਵੀ ਖੇਡ ਮੈਦਾਨ ਦੇ ਵਿੱਚ ਪੁੱਜਣ। ਇੱਧਰ ਨੌਜਵਾਨ ਘਗਨਾ ਭਿੰਦਰ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਾਧਾ ਹੋਇਆ ਚਾਰ ਜਾਫੀ ਬਿਲਕੁਲ ਤਿਆਰ ਨੇ। ਹੁਣ ਵੇਖਦੇ ਵੀ ਕੌਣ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਕਿ ਰੇਡ ਪਹਿਲੀ ਨਾਲ ਦਲੇਰੀ ਟੱਚ ਕਰਨੀ ਔਖੀ ਜਾਫੀਆਂ ਦੀ ਘੇਰੀ ਆਦ ਹੰਧਿਆਂ ਉੱਤੇ ਪੜਦੇ ਜਾਫੀ ਲਾਉਣੀ ਪੈਂਦੀ ਏ। ਦੁਨੀਆ ਐਵੇਂ ਨਹੀਂ ਮੰਨਦੀ ਖੇਡ ਦਿਖਾਉਣੀ ਪੈਂਦੀ ਏ। ਦੁਨੀਆ ਐਵੇਂ ਨਹੀਂ ਮੰਨਦੀ ਖੇਡ ਦਿਖਾਉਣੀ ਪੈਂਦੀ ਏ। ਛਾਤੀ ਵਿੱਚ ਵੱਲ ਹੋਵੇ ਲੋਕੀ ਤਾਂ ਪੁੱਛਦੇ ਸਰਨਾਮਾ ਹਰਜੀਤ ਬਰਾੜ ਜੇ ਬਿਰਲੇ ਪੁੱਤ ਜੰਮਦੀ ਹੈ ਮਾਮਾ ਹਰਜੀਤ ਬਰਾੜ ਜੇ ਬਿਰਲੇ ਪੁੱਤ ਜੰਮਦੀ ਹੈ ਮਾਮਾ ਦੁਨੀਆ ਦੇ
ਮਹਾਨ ਕਬੱਡੀ ਖਿਡਾਰੀ ਦੀ ਯਾਦ ਮੇਰੇ ਕੀ ਉਹਨਾਂ ਖੇਡ ਗਰਾਊਂਡਾਂ ਦੇ ਵਿੱਚ ਪਾਉਂਦੀ ਹੈ। ਇੱਧਰ ਨਵਜੀਤ ਗੱਭਰੂ ਪਿਰਥੀ ਨੇ ਪੁਆਇੰਟ ਜੋੜਿਆ ਤੇ ਰਮਨ ਭਿੰਡਰ ਭਿੰਡਰਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਜ਼ਿਲ੍ਹੇ ਮੋਗੇ ਦੀਆਂ ਦੋ ਮਸ਼ਹੂਰ ਟੀਮਾਂ ਦੇ ਦਰਮਿਆਨ ਬੜਾ ਤਕੜਾ ਮੈਚ ਖੇਡ ਕਬੱਡੀ ਦਾ ਖੇਡਿਆ ਜਾ ਰਿਹਾ ਹੈ। ਅਗਲਾ ਮੈਚ ਸਾਧੋਗੇ ਤੇ ਬਘੇਲੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ। ਹੈਲੋ ਅੰਕਲ, ਨਵਜੀਤ ਕਬੱਡੀ ਪਾਉਂਦਾ ਹੋਇਆ ਬਲਜਿੰਦਰ ਸਿੰਘ ਪੂਰੀ ਕੋਸ਼ਿਸ਼ ਕਰਦਾ ਹੋਇਆ ਤੇ ਰਮਨ ਭਿੰਡਰਾ ਦਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ। ਬੂਟਾ ਦਾਉਦਰ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਸੈਦੋਕੇ ਤੇ ਬਘੇਲਾ ਇਹ ਵੀ ਟੀਮਾਂ ਦੇ ਪਲੇਅਰ ਜਲਦੀ ਨਾਲ ਗਰਾਊਂਡ ਆ ਜਾਣ। ਬਹੁਤ ਤਕੜਾ ਜੱਫਾ ਲਾ ਕੇ ਨਵਜੀਨ ਬੱਬੂ ਭਿੰਡਰਾ ਵਾਲਾ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਭਾਵੀ ਨਵਜੀਨ ਅਗਲੀ ਕਬੱਡੀ ਕਾਕਣਾ ਭਿੰਡਰਾ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਸੈਦੋਕੇ ਤੇ ਬਘੇਲੇ ਦੀਆਂ ਟੀਮਾਂ ਅਗਲੇ ਮੈਚ ਲਈ ਤਿਆਰ ਰਹਿਣਗੀਆਂ। ਸੈਦੋਕੇ ਤੇ ਬਘੇਲੇ ਦੀਆਂ ਟੀਮਾਂ ਅਗਲੇ ਮੈਚ ਲਈ ਤਿਆਰ ਰਹਿਣਗੀਆਂ। ਇੱਧਰ ਨਵਜੀਨ ਗੱਭਰੂ ਦੀ ਪਈ ਹੋਈ ਕਬੱਡੀ ਮੇਰੇ ਵੀਰੋ, ਚਾਰ ਜਾਫੀ ਬਿਲਕੁਲ ਤਿਆਰ ਨੇ। ਕੌਣ ਨਵਜੀਨ ਗੁੱਟ ਫੜਦਾ, ਕੌਣ ਲੱਤੀ ਲੱਗਦਾ, ਕੌਣ ਮੂਹਰੇ ਹੋ ਕੇ ਕਰਾ ਟਾਈਮ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ। ਇੱਧਰ ਨਵਜੀਨ ਕਾਲਾ ਖੇਡ ਮੈਦਾਨ ਦੇ ਵਿੱਚ ਪੂਰੀ ਕੋਸ਼ਿਸ਼ ਕਰਦਾ ਹੋਇਆ ਲੱਗਿਆ ਹੋਇਆ ਜ਼ੋਰ ਲੱਗ ਗਿਆ ਜੱਫਾ ਤੇ ਕਾਲੇ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਲਿਆ। ਅਸੀਂ ਟੂਰਨਾਮੈਂਟ ਕਮੇਟੀ ਟਹਿਲ ਸਿੰਘ ਸੈਕਟਰੀ, ਟਹਿਲ ਸਿੰਘ ਸੈਕਟਰੀ ਨੇ ਸਾਨੂੰ 2100 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਦਿੱਤਾ। ਅਸੀਂ ਟਹਿਲ ਸਿੰਘ ਸੈਕਟਰੀ ਦਾ ਟੂਰਨਾਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇ ਸਾਨੂੰ ਹਰ ਸਾਲ ਹੀ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਦਿੰਦੇ ਨੇ। ਧੰਨਵਾਦ ਦਿੰਦਾ ਵੀਰਾਂ ਦਾ। ਭਿੰਡਰਾਂ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ, ਸਾਡੀ ਪ੍ਰਬੰਧਕ ਵੀ ਨੋਟ ਕਰ ਲੈਣ। ਸੈਦੋਕੇ ਤੇ ਬਘੇਲੇ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ। ਸੈਦੋਕੇ ਤੇ ਬਘੇਲੇ ਦੀਆਂ ਟੀਮਾਂ, ਇਸ ਤੋਂ ਬਾਅਦ ਕਬੱਡੀ 72 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਕੋਟ ਕਰੋੜ ਤੇ ਸਾਫੂ ਵਾਲੇ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ। ਕੋਟ ਕਰੋੜ ਤੇ ਸਾਫੂ ਵਾਲਾ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਤੇ ਆ ਜਾਣ। ਮੈਕ ਸਾਥਾ ਭੇਜਿਆ ਅਸੀਂ ਜਿੰਦਰ ਸਿੰਘ ਮਿੰਟਾ ਬਰਾੜ ਪਿੰਡ ਉਹਨਾਂ ਦਾ ਬੁੱਧ ਸਿੰਘ ਵਾਲਾ ਆੜਤ ਮੋਗਿਆ ਸਾਥੂ ਵਾਲੇ ਦੇ ਸਾਥੂ ਵਾਲੇ ਦੇ ਮੇਲੇ ਨੇ ਉਹਨਾਂ ਨੇ ਪੈਸੇ ਦਿੱਤੇ ਆ। ਅਸੀਂ ਉਹਨਾਂ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਹਾਂ। ਜਲਦੀ ਨਾਲ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ। ਇੱਕ ਪਾਸੇ ਟੀਮ ਮੇਰੇ ਵੀਰੋ ਬਘੇਲੇ ਦੀ ਉਹ ਟੀਮ ਜਿਹੜੀ ਪੁੱਜ ਗਈ ਹੈ ਸਟੇਡੀਅਮ ਵਾਲੀ ਸਾਈਡ ਤੇ ਦੂਸਰੇ ਪਾਸੇ ਟੀਮ ਜਿਹੜੀ ਸੈਦੋਕੇ ਦੀ ਹੈ, ਦੋਨੋਂ ਹੀ ਟੀਮਾਂ ਦੇ ਦਰਮਿਆਨ ਵਧੀਆ ਮੈਚ ਖੇਡ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ ਹੈ। ਅਗਲੇ ਮੈਚ ਲਈ ਕਬੱਡੀ 72 ਕਿਲੋ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ। ਕੋਟ ਕਰੋੜ ਤੇ ਸਾਫੂ ਵਾਲਾ ਇਹ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਇੱਕ ਸਾਡੇ ਕੋਲ ਵੀਰ ਪੁੱਜਿਆ ਨੇ ਮੂੰਹ ਦੇ ਵਿੱਚ
ਹਾਂਜੀ ਮਹਿੰਦਰ ਸਿੰਘ ਬੋਰੀਆ ਸਾਹਿਬ ਤੋਂ ਜਿੱਥੇ ਵੀ ਹੋ ਸਾਨੂੰ ਸਟੇਜ ਕੋਲ ਆ ਕੇ ਮਹਿਲ ਉਹਨਾਂ ਕੋਲ ਝਾਲਾ ਪਾਉਣ ਲਈ ਆ ਰਿਹਾ ਜੀ। ਇਸ ਨਾਲ ਜੀ ਨੇ ਆਪਣੇ ਮੂੰਹ ਦੇ ਵੀ ਜੀ ਸੂਈਆਂ ਲਗਾ ਕੇ ਦਿਖਾਉਣੀਆਂ, ਇਹਦੀ ਵੀ ਕਲਾ ਦਾ ਪ੍ਰਦਰਸ਼ਨ ਦੇਖਣਾ ਹੈ। ਸਾਧੂ ਕੇ ਤੇ ਕਹਿੰਦੇ ਵੀ ਬਘੇਲੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਸ਼ੁਰੂ ਹੋ ਗਿਆ। ਗੁਰਜੀਤ ਤੂਤਾ ਵਾਲੇ ਦਾ ਪੇਂਡੂ ਨੌਜਵਾਨ ਸਾਧੂ ਕਬੱਡੀ ਪਾ ਰਹੇ ਖੇਡ ਗਰਾਊਂਡ ਦੇ ਵਿੱਚ। ਹਾਂਜੀ ਮਹਿੰਦਰ ਸਿੰਘ ਬੋਰੀਆ ਸਾਹਿਬ ਜਿੱਥੇ ਵੀ ਆਉਣਾ ਸਾਨੂੰ ਸਟੇਜ ਤੇ ਮਹਿਲ ਕੋਈ ਉਹਨਾਂ ਕੋਲ ਧੌਲਾ ਪਾਉਣ ਲਈ ਆ ਰਿਹਾ। ਨਾਲ ਇਸ ਵੇਲੇ ਕਹਿੰਦੇ ਗਿੰਦਰੀ ਬਘੇਲੇ ਵਾਲਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਸੈਦੋ ਕੇ ਵਾਲਾ ਨੱਟੂ ਪੂਰੀ ਕੋਸ਼ਿਸ਼ ਕਰਦਾ ਪਰ ਗਿੰਦਰੀ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ, ਬਘੇਲੇ ਦੀ ਟੀਮ ਲਈ ਪੁਆਇੰਟ ਦਾ ਫਾਇਦਾ ਕਰ ਦਿੱਤਾ। ਜੋ ਸੈਦੋ ਵਾਲਾ ਦਰਾਉ ਜਾਏ ਆਪਣੀ ਮੂੰਹ ਤੇ ਦੀ ਸੂਈ ਲਗਾ ਕੇ ਦਿਖਾਈ ਹੈ, ਇਹਦਾ ਵੇਰ ਪਾਸ਼ਾ ਪੰਮਾ ਮਡੀਲਾ ਵੱਲੋਂ 2000 ਰੁਪਇਆ ਹਰ ਜੱਫੇ ਤੇ 2000 ਰੁਪਇਆ ਪੰਮਾ ਮਡੀਲਾ ਵੱਲੋਂ ਸੈਦੋ ਵਾਲੇ ਮੱਟੂ ਨੂੰ 2000 ਇੱਕ ਜੱਫੇ ਚ ਦਿੱਤਾ ਜਾਵੇਗਾ। ਧੰਨਵਾਦ ਆ ਮਡੀਲਾ ਵਾਲੇ ਪੰਮੇ ਦਾ। ਬਹੱਤਰ ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਜੋ ਸਵਰਗੀਆ ਮਾਲਾ ਸਿੰਘ ਜੀ ਕੈਨੇਡੀਅਨ ਜੇਤੂ ਪੱਤੀ, ਉਹਨਾਂ ਦੇ ਕੋਈ ਵੀ ਪਰਿਵਾਰ ਦਾ ਮੈਂਬਰ ਹੋਵੇ ਜਾਂ ਰਿਸ਼ਤੇਦਾਰੀ ਚੋਂ ਇੱਥੇ ਆਇਆ ਹੋਵੇ ਉਹ ਸਾਡੇ ਨਾਲ ਸਟੇਜ ਤੇ ਸੰਪਰਕ ਕਰਨ। ਉਹਨਾਂ ਨੇ ਸਾਨੂੰ 2000 ਰੁਪਇਆ ਮੈਗ ਸਾਕਾ ਭੇਜਿਆ, ਅਸੀਂ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਾਲਾ ਸਿੰਘ ਕੈਨੇਡੀਅਨ ਦਾ ਕੋਈ ਵੀ ਪਰਿਵਾਰ ਦਾ ਮੈਂਬਰ ਉਹ ਸਾਡੇ ਕੋਲ ਆ ਕੇ ਸੰਪਰਕ ਕਰੇ। ਹਾਂਜੀ ਹਾਕਮ ਸਿੰਘ ਜੀ ਇਹ ਵੀ ਅੱਜ ਕੱਲ੍ਹ ਆਸਟ੍ਰੇਲੀਆ ਦੀ ਧਰਤੀ ਤੇ ਵਸ ਗਏ ਨੇ। ਜੋ ਰਿਪਾ ਆਸਟ੍ਰੇਲੀਆ ਉਹਨਾਂ ਦੇ ਡੈਡੀ ਨੇ, ਇਹਨਾਂ ਨੇ ਵੀ ਸਾਨੂੰ 3 ਧਿਰਾਂ ਨੇ 21000 ਰੁਪਇਆ ਦੇਵ ਸਿੰਘ USA ਪੱਪਾ ਆਸਟ੍ਰੇਲੀਆ ਰਿਪਾ ਆਸਟ੍ਰੇਲੀਆ ਤਿੰਨਾਂ ਪਰਿਵਾਰਾਂ ਨੇ 21000 ਰੁਪਇਆ ਏ ਟੀਮ ਤੇ ਫਸਟ ਸਾਈਡ ਏ ਟੀਮ ਨੂੰ ਫਸਟ ਸਾਈਡ ਨੂੰ ਕੱਪ ਔਰ ਦੂਸਰੀਆਂ ਜੋ ਟੀਮਾਂ BC ਹੈ ਉਹਨਾਂ ਨੂੰ ਵੀ ਇਹਨਾਂ ਨੇ ਫਸਟ ਅਤੇ ਸਾਈਡ ਨੂੰ ਕੱਪ ਦੇ ਕੇ ਨਵਾਜਣਾ ਹੈ। ਅਸੀਂ ਇਹਨਾਂ ਤਿੰਨਾਂ ਪਰਿਵਾਰਾਂ ਦਾ ਧੰਨਵਾਦ ਕਰਦੇ ਹਾਂ ਟੂਰਨਾਮੈਂਟ ਕਮੇਟੀ ਵੱਲੋਂ। ਬਹੱਤਰ ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਖਰਾ ਹੋ ਗਿਆ ਕਹਿੰਦੇ ਭਾਈ 2000 ਰੁਪਇਆ ਕੋਈ ਗੱਲ ਨੀ ਵੀਰਾ ਗਏ ਜਲੇ ਤੂੰ 2000 ਤੁਹਾਡੇ ਹਾਜ਼ਰ ਹੈ। ਮੇਰੀ ਬੇਨਤੀ ਹੈ 72 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਨੂੰ ਮੈਚ ਸਮਾਪਤ ਹੋਣ ਵਾਲਾ ਹੈ, ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਕੋਟ ਕਰੋੜ ਤੇ ਸਾਫੂ ਵਾਲੇ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚ ਜਾਣ, ਫਾਈਨਲ ਮੈਚ ਖੇਡਿਆ ਜਾਣਾ ਹੈ। ਇੱਧਰ ਨੌਜਵਾਨ ਸੰਧੂ ਤੂਤ ਪਿੰਡ ਦਾ ਸੈਦੋਗੇ ਦੀ ਟੀਮ ਦੇ ਲਈ ਲੱਖਾਂ ਦਾ ਪੁਆਇੰਟ ਜੁੜਦਾ ਹੋਇਆ, ਉੱਧਰ ਨਾਰਾ ਬਘੇਲੇ ਵਾਲਾ ਨੌਜਵਾਨ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਮਿਲ ਗਈ ਜੋ ਖੇਡ ਮੈਦਾਨ ਦੇ ਵਿੱਚ ਵੱਢਾ ਹੋਇਆ। ਨੌਜਵਾਨ ਨਾਰਾ ਬਘੇਲੇ ਵਾਲਾ ਕਬੱਡੀ ਪਾ ਰਿਹਾ, ਹਲਕਾ ਜਿਹਾ ਟੱਚ ਕਰਕੇ ਸੈਦੋਗੇ ਵਾਲੀ ਗੱਭਰੂ ਨੂੰ ਪੁਆਇੰਟ ਆਪਣੀ ਟੀਮ ਲਈ ਜੋੜਦਾ। 72 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ, ਕੋਟ ਕਰੋੜ ਦੀ ਟੀਮ ਪੁੱਜ ਗਈ ਹੈ, ਸਾਫੂ ਵਾਲੇ ਦੀ ਟੀਮ ਜਲਦੀ ਨਾਲ ਗਰਾਊਂਡ 'ਚ ਆ ਜਾਏ ਕਬੱਡੀ 72 ਕਿਲੋ ਦੇ ਫਾਈਨਲ ਮੈਚ ਲਈ। ਕੋਟ ਕਰੋੜ ਦੀ ਟੀਮ ਆ ਗਈ ਹੈ, ਸਾਫੂ ਵਾਲੇ ਦੀ ਟੀਮ ਜਿਹੜੀ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਾਵੇ। ਇੱਧਰ ਨੌਜਵਾਨ ਸੰਧੂ ਦੀ ਭਾਈ ਫਿਰ ਕਬੱਡੀ ਮਿਲ ਗਈ ਹੋ,
ਖੇਡ ਗਰਾਊਂਡ ਦੇ ਵਿੱਚ ਚਾਰ ਜਾਫੀ ਭਗੇਲੇ ਦੀ ਧਰਤੀ ਦੇ ਤਿਆਰ ਨੇ। ਹੁਣ ਵੇਖਦੇ ਵੀ ਕੌਣ ਗੱਭਰੂ ਲਾ ਕੇ ਜਫਾ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ। ਬੀਤੇ ਦਾ ਪੇਂਡੂ ਨੌਜਵਾਨ ਸ਼ਿੰਦਾ ਖੂਸਿਆ ਹੈਲੋ, ਅਸੀਂ ਪੱਪਾ ਸਿੰਘ ਜੀ ਆਸਟ੍ਰੇਲੀਆ ਜਿਹੜੇ ਇਹਨਾਂ ਹੈਲੋ ਤਿੰਨਾਂ ਪਰਿਵਾਰਾਂ ਨੇ ਸਾਨੂੰ 21,000 ਰੁਪਇਆ ਭੇਜਿਆ ਟੂਰਨਾਮੈਂਟ ਕਮੇਟੀ। ਇਹਨਾਂ ਤਿੰਨਾਂ ਪਰਿਵਾਰਾਂ ਚੋਂ ਹੁਣ ਪੱਪਾ ਵਜਿਆ ਆਸਟ੍ਰੇਲੀਆ, ਇਸ ਨੂੰ ਮਾਣ ਸਨਮਾਨ ਦਿੱਤਾ ਜਾ ਰਿਹਾ ਟੂਰਨਾਮੈਂਟ ਕਮੇਟੀ। ਇਸ ਦੋਸਤ ਸੱਜਣ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਆਉਂਦੇ ਮੇਲੇ ਤੇ ਅਸੀਂ ਜਿੰਨਾ ਵੀ ਇਸ ਤੋਂ ਵੱਧ ਸੰਯੋਗ ਪਾਇਆ ਗਿਆ ਜ਼ਰੂਰ ਪਾਵਾਂਗੇ, ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਸਾਨੂੰ ਹਰ ਪੱਖ ਤੇ। ਧੰਨਵਾਦ ਹੈ ਇਹਨਾਂ ਦੋਸਤਾਂ ਦਾ। ਇੱਧਰ ਨੌਜਵਾਨ ਜੀਰੇ ਤੋਂ ਪੁੱਛਿਆ ਮੇਲਗੀ ਜੋ ਇੱਕ ਲੱਤ ਦੇ ਉੱਪਰ ਗੇੜੇ ਲਾਵੇਗਾ ਹੈਂਡੀਕੈਪਟ ਹੈ, ਇਹਦਾ ਵੀ ਜ਼ਰੂਰ ਮਾਨ ਸਨਮਾਨ ਕਰਨਾ। ਇੱਧਰ ਸੱਦੂ ਨੇ ਪੁਆਇੰਟ ਆਪਣੀ ਟੀਮ ਨੂੰ ਜੋੜਿਆ। ਸੱਦੂ ਕੇ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ, ਸਾਡੇ ਵੀ ਨੋਟ ਕਰ ਲੈਣ। 70 ਕਿਲੋ ਦਾ ਮੇਰੇ ਵੀਰੋ ਫਾਈਨਲ ਮੈਚ ਜਿਹੜਾ ਖੇਡਿਆ ਜਾਣਾ ਹੈ ਕੋਟ ਕਰੋੜ ਤੇ ਸਾਫੂ ਵਾਲਾ, ਕੋਟ ਕਰੋੜ ਤੇ ਸਾਫੂ ਵਾਲਾ 70 ਕਿਲੋ ਦਾ ਜਿਹੜਾ ਫਾਈਨਲ ਮੈਚ ਖੇਡਿਆ ਜਾਣਾ। ਜੋ ਖਿਡਾਰੀ ਆ ਸਾਡੇ 62 ਕਿਲੋ ਵਾਲੇ 11, ਇਹ ਪੋਸਟ ਤੇ ਵੀ ਸਾਡਾ ਲਿਖਿਆ ਜਦੋਂ ਅਸੀਂ 72 ਕਿਲੋ ਦਾ ਫਾਈਨਲ ਕਰਾਉਣਾ ਹੈ ਉਹ 62 ਸਾਈਡ ਨੂੰ ਨਾਮ ਦੇਵਾਂਗੇ, ਉਸੇ ਟਾਈਮ ਹੀ ਇਹ ਖਿਡਾਰੀ ਵੀ ਸਾਡੇ ਕੋਲ ਸ਼ਾਮਲ ਹੋਣਾ। ਇਹਨਾਂ ਖਿਡਾਰੀਆਂ ਨੂੰ ਵੀ ਮਾਨ ਸਨਮਾਨ ਕਮੇਟੀ ਵੱਲੋਂ ਦਿੱਤਾ ਜਾਵੇਗਾ। ਇਹ ਖਿਡਾਰੀ ਨੋਟ ਕਰ ਲੈਣਾ, ਸਮਾਂ ਹੈ ਸਾਡੇ ਕੋਲ ਬਹੁਤ, ਇਸ ਹਿਸਾਬ ਨਾਲ ਘੱਟ ਹੈ, ਅਸੀਂ ਤੁਹਾਨੂੰ ਮਾਨ ਸਨਮਾਨ ਇਸ ਟਾਈਮ ਹੀ ਦੇ ਦੇਣਾ ਹੈ। ਹੈਲੋ, ਜੋ ਚੰਗ ਸਿੰਘ ਜੀ ਜੈਤੂ ਪੱਤੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਾਡੇ ਕੋਲ ਪਹੁੰਚੇ ਹੋਏ ਨੇ, ਜਗਦੇਵ ਸਿੰਘ ਜੀ ਸਾਹਿਬ ਦਾ ਸਰਪੰਚ, ਉਹਨਾਂ ਦੇ ਲੜਕੇ ਅਮਨਾ, ਉਹਨਾਂ ਨੇ ਸਾਨੂੰ 5,500 ਰੁਪਇਆ ਟੂਰਨਾਮੈਂਟ ਕਮੇਟੀ ਦੀ ਸਹਾਇਤਾ ਕੀਤੀ ਹੈ। ਅਸੀਂ ਇਸ ਦਾਨੀ ਪਰਿਵਾਰ ਦਾ ਟੂਰ ਬਹੁਤ। ਹੈਲੋ, ਇਹ ਫਿਰ ਕਟਾਈ ਕਰਨ ਲੱਗ ਗਿਆ, ਰੀਜਨਲ ਬੈਟਰੀ ਪਾ ਦੇ, ਤੈਨੂੰ ਪਤਾ ਵੀ ਹੁਣ ਸਾਡਾ ਵੀ ਥੋੜਾ ਜਿਹਾ ਪੱਕ ਬਦਲ ਚੱਲਿਆ। ਕੋਟ ਕਰੋੜ ਦੀ ਟੀਮ ਜਿਹੜੀ ਖੇਡ ਗਰਾਊਂਡ ਦੇ ਵਿੱਚ ਪੁੱਜੀ ਹੋਈ ਹੈ, ਸਾਫੂ ਵਾਲੇ ਦੀ ਟੀਮ ਨੂੰ ਮੇਰੀ ਬੇਨਤੀ ਹੈ ਉਹ ਟੀਮ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚ ਜਾਵੇ। ਸਾਫੂ ਵਾਲੇ ਦੀ ਟੀਮ ਨਿਰਮਲ ਲੰਗਿਆ ਨਾਲ ਉਹ ਵੀ ਆ ਕੇ ਅੰਦਰ ਨਾਲ ਸੰਪਰਕ ਕਰੇ। ਸਾਫੂ ਵਾਲੇ ਦੀ ਟੀਮ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਫਾਈਨਲ ਮੈਚ ਲਈ। ਸਾਫੂ ਵਾਲੇ ਦੀ ਟੀਮ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚ ਜਾਵੇ। ਪਹਿਲਾ ਮੈਚ ਖੇਡਿਆ ਜਾਣਾ ਅਗਲੇ ਰਾਊਂਡ ਦਾ ਰਸੂਲਪੁਰ ਤੇ ਭਿੰਡਰ, ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਰਸੂਲਪੁਰ ਤੇ ਭਿੰਡਰ ਦੀਆਂ ਟੀਮਾਂ ਨੂੰ ਬੇਨਤੀ ਹੈ ਜਲਦੀ ਨਾਲ ਟੀਮਾਂ ਗਰਾਊਂਡ 'ਚ ਆ ਜਾਣ। ਮੇਰੀ ਬੇਨਤੀ ਹੈ ਸਾਫੂ ਵਾਲੇ ਦੀ ਟੀਮ ਨੂੰ ਕਬੱਡੀ 70 ਕਿਲੋ ਦੀ, ਉਹ ਜਲਦੀ ਨਾਲ ਫਾਈਨਲ ਮੈਚ ਦੇ ਲਈ ਗਰਾਊਂਡ 'ਚ ਆ ਜਾਏ ਸਾਫੂ ਵਾਲੇ ਦੀ ਟੀਮ।
ਆਓ ਜੀ ਕਬੱਡੀ 70 ਕਿਲੋ ਦਾ ਆਪਾਂ ਫਾਈਨਲ ਮੈਚ ਦੇਖਣ ਜਾ ਰਹੇ ਹਾਂ। ਸਾਫੋ ਵਾਲਿਆਂ ਨੂੰ ਬੇਨਤੀ ਵੀ ਜਲਦੀ ਗਰਾਊਂਡ ਪਹੁੰਚੋ। ਰਸੂਲਪੁਰ ਤੇ ਪਿੰਡ ਦੀਆਂ ਟੀਮਾਂ ਨੂੰ ਬੇਨਤੀ ਕਬੱਡੀ ਓਪਨ ਨੂੰ ਵੀ ਜਲਦੀ ਗਰਾਊਂਡ ਪਹੁੰਚ ਜਾਣ ਜੀ। ਔਰ ਮਾਲਾਖੁਰ ਤੇ ਪਲੂਰ ਇਹ ਵੀ ਜਾਣ ਦੂਰ ਦੇ ਗਾਉਂ ਦੇ ਨੇੜੇ ਆ ਜਾਣ। ਪੰਜ ਰਾਈ ਤੇ ਸੈਡੋ ਮਿਲ ਚੁੱਕੀ ਇਹਨਾਂ ਟੀਮਾਂ ਨੂੰ ਬੇਨਤੀ ਕਬੱਡੀ ਓਪਨ ਦੀਆਂ ਨੂੰ ਵੀ ਨੇੜੇ ਆ ਜਾਓ। ਬੂਟਾ ਸਿੰਘ ਜੀ ਸਮਰਾਹ ਇਹਨਾਂ ਵੱਲੋਂ ਟੂਰਨਾਮੈਂਟ ਕਮੇਟੀ ਨੂੰ 2100 ਰੁਪਇਆ ਦਿੱਤਾ ਗਿਆ। ਉਹ ਜਿੱਥੇ ਵੀ ਸਾਡੀ ਵਾਸ ਆਉਂਦਾ ਉਹਦੇ ਆਉਣ ਦਾ ਸਨਮਾਨ ਚਿੰਨ ਸਾਡੇ ਕੋਲੋਂ ਸਟੇਜ ਤੋਂ ਆ ਕੇ ਲੈ ਜਾਵੇ। ਬੂਟਾ ਸਿੰਘ ਜੀ ਸਮਰਾਹ ਇਹਨਾਂ ਨੇ ਸਾਨੂੰ 2100 ਰੁਪਇਆ ਦਿੱਤਾ ਹੈ ਜਾਂ ਉਸਦੇ ਪਰਿਵਾਰ ਦਾ ਹੋਰ ਕੋਈ ਵੀ ਮੈਂਬਰ ਹੋਵੇ। ਜਿਹੜੀਆਂ ਟੀਮਾਂ ਜਿਵੇਂ ਸਾਥੂ ਵਾਲਾ ਬਾਈ ਆਇਆ ਨਹੀਂ ਕਿਉਂਕਿ ਸਾਥੂ ਵਾਲਾ ਜ਼ਿਆਦਾ ਦੂਰ ਤਾਂ ਹੈ ਨਹੀਂ ਕਿਉਂਕਿ ਸਾਥੂ ਵਾਲੇ ਕੀ ਮੇਲਾ ਹੋ ਰਿਹਾ। ਤੇ ਤੁਸੀਂ ਟੀਮ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਕਾਹਤੋਂ ਲੇਟ ਹੋ ਰਹੇ ਹੈ। ਵੀਰੋ ਤੁਹਾਨੂੰ ਤਾਂ ਬਹੁਤ ਟਾਈਮ ਹੋ ਗਿਆ ਸਾਡੇ ਬੈਚ ਕਾਰਿਆਂ ਨੂੰ ਇੰਨਾ ਤਾਂ ਕੋਈ ਦਿੰਦਾ ਨਹੀਂ ਅਚਾਰ। ਆ ਜਾਓ ਇੰਤਜ਼ਾਰ ਦੀਆਂ ਘੜੀਆਂ ਵਧੀਆ ਜਸਰ ਤੁਹਾਡਾ ਮੇਲਾ ਦੇਖਣਾ ਚਾਹੁੰਦੇ ਨੇ। ਹੈਲੋ ਹਾਂਜੀ ਔਰ ਅਸੀਂ ਧੰਨਵਾਦ ਕਰਦੇ ਹਾਂ ਗੱਡੀ ਵਾਲਾ ਧਰਪ੍ਰੀਤ ਉਹ ਵੀ ਆਪਦਾ ਕਈ ਮਾਨ ਸਨਮਾਨ ਲੈ ਗਿਆ ਅਕਾਲੀ ਧਰਪ੍ਰੀਤ। ਔਰ ਦੀਵਾਨ ਬੇਨਤੀ ਵੀ ਜਲਦੀ ਪਹੁੰਚੋ ਸਾਫ ਹੋਈਏ ਲਓ ਵੀ ਆ ਗਏ ਆ ਗੱਭਰੂ ਐਸ ਤੇਜ ਵੀ ਸਾਫ ਹੋਈਏ ਵੀ ਪਹੁੰਚ ਚੁੱਕੇ ਨੇ। ਔਰ ਧੰਨਵਾਦ ਕਰਦੇ ਬਲਦੇਵ ਸਿੰਘ ਜੀ ਬਦਲੀ ਵਾਲੇ ਐਸ ਆਈ ਸਾਹਿਬ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਦੇ ਵਿੱਚ ਬਤੌਰ ਡਿਊਟੀਆਂ ਨਿਭਾ ਰਹੇ ਨੇ। ਐਸ ਆਈ ਸਰਦਾਰ ਬਲਦੇਵ ਸਿੰਘ ਜੀ ਪਤਲੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਨੇ। ਜੀ ਹਾਂ ਜੀ ਬਹੁਤ ਮਿਹਰਬਾਨੀ ਜੀ ਪਹੁੰਚਣ ਤੇ ਧੰਨਵਾਦ ਕੀਤਾ ਜਾਂਦਾ ਜੀ। ਪਹਿਲਾਂ ਮੇਰੀ ਬੇਨਤੀ ਰਸੂਲਪੁਰ ਦੇ ਪਿੰਡ ਦੀ ਟੀਮ ਨੂੰ ਕਬੱਡੀ ਓਪਨ ਨੂੰ ਇਹ ਟੀਮ ਜਲਦੀ ਪਹੁੰਚੇ ਰਸੂਲਪੁਰ ਦੇ ਪਿੰਡ। ਲਓ ਦੇਖਦੇ ਵੀ ਇਕੱਲੇ ਇਕੱਲੇ ਮੁੰਡੇ ਤੇ ਜਵਾਨੀ ਪੂਰੀ ਹੈ। ਇਕੱਲੇ ਇਕੱਲੇ ਮੁੰਡੇ ਤੇ ਜਵਾਨੀ ਪੂਰੀ ਹੈ। ਇਕੱਲੇ ਇਕੱਲੇ ਕੀ ਕੱਚੂਗੀ ਪੂਰੀ ਹੈ। ਆਸਰੂ ਜਿਹੜੇ ਕਾਦਾ ਜਿਸੇ ਨੇ ਫਲਾਦ ਦੇ ਪੌੜ ਪਾਂਗੜਾ ਤੇ ਖੇਡਣੇ ਕਬੱਡੀ। ਆਹ ਮੁੰਡੇ ਗੱਭਰੂ ਪੰਜਾਬ ਦੇ ਪੌੜ ਪਾਂਗੜਾ ਤੇ ਖੇਡਣੇ ਕਬੱਡੀ। ਆਹ ਮੁੰਡੇ ਗੱਭਰੂ ਪੰਜਾਬ ਦੇ ਅੱਜ ਪੰਜਾਬ ਦੀ ਸਾਨ ਜਵਾਨੀ ਦੇ ਤੁਸੀਂ ਭੇੜ ਦੇਖਦੇ ਆ ਜ਼ਿਲ੍ਹਾ ਮੋਗੇ ਦਾ। ਔਰ ਬਹੁਤ ਹੀ ਸ਼ਾਨਦਾਰ ਨਗਰ ਸ਼ਹੀਦ ਜਗਤ ਸਿੰਘ ਦੀ ਯਾਦ ਦੇ ਵਿੱਚ ਤੁਸੀਂ ਸਾਫੂ ਵਾਲੇ ਪਿੰਡ ਤੇ ਔਰ ਵੱਡਾ ਖੇਡ ਦਾ ਮੇਲਾ ਦੇਖ ਰਹੇ ਕਬੱਡੀ ਦਾ। ਲਓ ਜੀ ਫਾਈਨਲ ਮੈਚ ਆ ਕਬੱਡੀ 70 ਕਿਲੋ ਵਰਗਲਾ। 40 ਟੀਮਾਂ ਦੇ ਵਿੱਚੋਂ ਜਿੱਤ ਕੇ ਇਹ ਦੋ ਟੀਮਾਂ ਨੇ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਔਰ ਵੱਡਾ ਇਨਾਮ ਦਿੱਤਾ ਜਾਵੇਗਾ। ਔਰ ਸਾਡੇ ਵੀਰ ਆਸਟ੍ਰੇਲੀਆ ਵਾਲੇ ਵੀਰਾਂ ਵੱਲੋਂ ਔਰ ਦੇਖਦੇ ਜੀ ਬਹੁਤ ਹੀ ਵਧੀਆ ਮੈਚ ਤੁਸੀਂ ਦੇਖ ਰਹੇ ਹੋ। ਫਾਈਨਲ ਮੈਚ ਜਦੋਂ ਹੋਇਆ ਫਾਈਨਲ ਮੈਚ ਤਾਂ ਯੋਰ ਦਿਖਾਏ ਪੱਪੂ ਨੇ ਢੇਰੀਆਂ ਜੂੜੇ ਲਿਆ ਲਿਆ ਲੇਡੇ ਤਾਏ ਪੱਪੂ ਨੇ। ਹਾਂਜੀ 70 ਕਿਲੋ ਦਾ ਫਾਈਨਲ ਮੈਚ ਹੈ। ਮਿੱਟੀ ਬਹੁਤ ਪੈਗੀ ਇਹਨੂੰ। ਅਸੀਂ ਜਿਨ੍ਹਾਂ ਦਾਨੀਆਂ ਨੇ ਸਾਨੂੰ ਦਾਨ ਦਿੱਤਾ ਸਾਡੀ ਬੇਨਤੀ ਹੈ ਟੂਰਨਾਮੈਂਟ ਕਮੇਟੀ ਵੱਲੋਂ ਪਾਈ ਲੈ ਜਾਓ। ਹੁਣ 72 ਕਿਲੋ ਦਾ ਤੁਸੀਂ ਮੈਚ ਦੇਖੋ ਉਹ ਆਪਦਾ ਮਾਨ ਸਨਮਾਨ ਚੈਨ ਲੈ ਜਾਣ। ਲਓ ਜੀ ਪਿੰਡ ਦਾ ਮੈਚ ਰਜਿੰਦਰ ਸਿੰਘ ਜੋ ਪੱਤੀ ਵਾਲੇ ਨੇ ਜੋ ਸ਼ਹੀਦ ਜੀਜੇ ਸਿੰਘ ਜੱਗਾ ਦੇ ਭਾਈ ਨੇ ਹਰ ਜੱਥੇ ਤੇ 100 ਰੁਪਇਆ ਸਾਥੋ ਵਾਲੀ ਟੀਮ ਨੂੰ ਕੋਈ ਵੀ ਜੱਫਾ ਲਾਵੇ। ਲਓ ਐਵਾਰਡ ਹੈ ਪਹਿਲੀ ਕਬੱਡੀ ਅਮਨ ਪੌਦਾ ਹੋਇਆ ਗੱਭਰੂ। ਔਰ ਵਿਸ਼ੇਸ਼ ਸਨਮਾਨ ਪਹੁੰਚਦਾ ਕੀਤਾ ਸਰਪੰਚ ਗਣੇਸ਼ ਸਿੰਘ ਸਾਫੂ ਵਾਲੀ ਸਾਡੇ ਦੇ ਬੋਲਾਂ ਤੋਂ ਖੁਸ਼ ਹੋ ਰਹੇ ਪੱਪੇ ਰੇਪੇ ਵੱਲੋਂ ਵੀ ਸਾਰੀ
ਲੱਗਣਗੇ, ਕੋਈ ਵੀ ਲਾਵੇ ਉਹਨੂੰ 100 ਰੁਪਇਆ ਪੱਪੇ ਦੇ ਪਿੰਡ ਵੱਲੋਂ। ਪੱਪਾ ਰੇਪ ਆਸਟ੍ਰੇਲੀਆ, ਯਾਨੀ ਪੱਪਾ ਆਸਟ੍ਰੇਲੀਆ। ਧੰਨਵਾਦ ਜੀ, ਜਿੰਨੇ ਵੀ ਜਿੱਤੇ ਲਾਊਗਾ ਧਰਵਤ ਵੱਲੋਂ ਉਹਨੇ 100 ਰੁਪਏ ਹੋਣਗੇ ਜੀ ਜੱਸੀ ਨੂੰ, ਔਰ 100 ਰੁਪਏ ਦੇ ਮਾਣ ਕੀਤੇ ਜਾਣਗੇ। ਆਹ ਦੇਖੋ ਜੀ, ਔਰ ਪਹਿਲੇ ਕਬੱਡੀ ਤੇ ਜਿਹੜਾ ਪੁਆਇੰਟ ਤੇ ਸਾਡਾ ਵੀ ਰਿੰਪਾ ਆਸਟ੍ਰੇਲੀਆ ਵਾਲਾ, ਅਮਨ ਸਰਪੰਚ ਔਰ ਪਤਾ ਆਸਟ੍ਰੇਲੀਆ ਵਾਲਾ, ਸਾਰਿਆਂ ਵੱਲੋਂ ਬਹਿਮਾਨ ਪਹੁੰਚਿਆ 100 ਰੁਪਇਆ ਲਓ। ਅੰਕ ਦੇਖਦਾ ਫਿਰ ਐਸ ਵਕਤ ਕਮਲ ਮੁੰਡਾ, ਐਸ ਵਕਤ ਕੋਟ ਕੋੜੀਆ ਕਮਲ ਆਪਣੀ ਟੀਮ ਦੇ ਹਿੱਸੇ ਅੰਕ ਜੋੜਦਾ ਹੋਇਆ। ਬਹੁਤ ਸੋਹਣਾ ਕਬੱਡੀ। ਅਗਲੀ ਕਬੱਡੀ ਹਰਜੀਤ ਸਿੰਘ ਦੌਲਤ ਤੇ ਦਲੀਪ ਤੇ ਕਾਦੀ ਨਾ ਪ੍ਰੀਤ ਲੀਆਂ ਗੂੜੀਆਂ ਪ੍ਰੀਤਾਂ ਸੀ ਪਾ, ਜੁਦਾਈਆਂ ਚੱਲ ਰਹੀ ਹੋਣੀਆਂ ਔਰ ਵੱਡਾ ਮਾਣ ਪਹੁੰਚਿਆ ਇਸ ਸਰਪੰਚ ਸਾਹਿਬ ਦੇ ਮਾਣ ਕੀਤਾ ਹੈ। ਬਹੁਤ ਮਿਹਰਬਾਨੀ ਜੀ, ਜਿੰਨੇ ਵੀ ਜੱਤੇ ਸਾਪੋ ਦੀ ਟੀਮ ਲਾਉਂਦੀ ਹੈ ਕੁਲਦੀਪ ਕੌਰ ਗਰੀਵਾਲੇ ਵੱਲੋਂ ਉਹਨੇ 100 ਰੁਪਏ ਦਿੱਤੇ ਜਾਣਗੇ ਜੀ ਕੁਲਦੀਪ ਵੱਲੋਂ 100 ਰੁਪਏ ਦਿੱਤੇ ਜਾਣਗੇ। ਜਸਪ੍ਰੀਤ ਤੇ ਬੱਬੂ ਜਿੰਨੇ ਵੀ ਜੱਫੇ ਲਾਉਣਗੇ, ਧਰਮਾਂਤ ਕੈਨੇਡਾ ਚ ਬੈਠਾ ਮੈਚ ਦੇਖਿਆ ਹੈ, ਕਹਿੰਦਾ ਹਰੇਕ ਜੱਫੇ ਤੇ 100 ਰੁਪਏ ਦਾ ਮਾਣ ਕੀਤਾ ਜਾਵੇਗਾ। ਧਰਮਾਂਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੱਲੋਂ ਵੱਡੇ ਮਾਣ ਕੀਤੇ ਜਾਣਗੇ, 55-55 ਰੁਪਏ ਨਾਲ ਵੀ ਖਿਡਾਰੀਆਂ ਦਾ ਮਾਣ ਕੀਤਾ ਜਾਵੇਗਾ। ਔਰ ਸਾਹਮਣੇ ਦਿਖਦਾ ਹੈ ਫਿਰ ਕਬੱਡੀ ਪੈਂਦੀ ਆ, ਅਗਲੀਆਂ ਟੀਮਾਂ ਨੂੰ ਬੇਨਤੀ ਵੀ ਜਲਦੀ ਪਹੁੰਚੋ ਰਸੂਲਪੁਰ ਤੇ ਪਿੰਡ ਮਾਲਾ ਤੇ ਪ੍ਰਾਉਣ 5 ਗਾਈ ਕਰਾਉਣ ਤੇ ਸਹਿਦ ਹੋ ਕੇ ਲਓ ਸਾਫੂ ਵਾਲੀਆ ਗੱਭਰੂ ਐਸ ਵਕਤ ਕਮਾਲ ਕਰਦਾ ਗੱਭਰੂ ਜੱਸੀ। ਆਹ 1 ਮਿੰਟ ਜੀ ਜੱਸੀ ਸਾਹਮਣੇ ਜਫਾ ਆ ਜਾਏ, ਹੁਣ ਦੱਸੋ ਜੀ ਬਾਈ ਜੀ ਹਮਨੇ ਰੇਡਰ ਲਈ ਬਾਈ ਦੇਖੀ ਬੜਾ ਆ ਚੂਰ ਚੱਕ ਹੋ ਜਾਂਦੇ ਹੈਲੋ ਪਹੁੰਚੇ ਹਮਨੇ ਰੇਡਰ ਲਈ ਬਹੁਤ ਮਿਹਰਬਾਨੀ ਹੈਲੋ ਮਲ ਸਿੰਘ ਜੀ ਪ੍ਰਧਾਨ ਵੱਲੋਂ ਸਾਰੀ ਟੀਮ ਦੀ 100 ਰੁਪਇਆ ਸਾਫੂ ਵਾਲੀ ਦੀ ਸਾਰੀ ਟੀਮ ਦੀ 100 ਰੁਪਇਆ ਮਲ ਸਿੰਘ ਜੀ ਪ੍ਰਧਾਨ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਵੀਰੋ ਤੁਹਾਡੇ ਪਿੰਡ ਦਾ ਮੈਚ ਚੱਲ ਰਿਹਾ ਦਾਨੀ ਸੱਜਣੋ ਆਇਓ ਘਰਾਂ। ਟੀਮਾਂ ਨੂੰ ਬੇਨਤੀ ਵੀ ਰਸੂਲਪੁਰ ਤੇ ਪਿੰਡ ਰਿਕਵਰ ਜੀ ਰਸੂਲਪੁਰ ਤੇ ਪਿੰਡਾਂ ਚੱਲਦੇ ਮੈਚ ਟੀਮਾਂ ਪਹੁੰਚਣੀਆਂ ਬਹੁਤ ਜ਼ਰੂਰੀ ਹੈ ਜੀ। ਮਾਲਾ ਖੁਰ ਤੇ ਬਲੂਰ 5 ਗ੍ਰਾਈ ਕਰਾਂ ਤੇ ਸਹਿਦ ਹੋ ਕੇ ਪਹਿਲੇ ਮੈਚ ਦੀ ਟੀਮ ਨੂੰ ਮੇਰੀ ਬੇਨਤੀ ਰਸੂਲਪੁਰ ਤੇ ਪਿੰਡ ਲਓ ਸਾਹਮਣੇ ਦੇਖਦਾ ਹੈ ਐਸ ਵਕਤ ਗੱਭਰੂ ਕਬੱਡੀ ਪਾ ਰਿਹਾ ਹੈ ਔਰ 4 ਵੀਰ ਸਾਹਮਣੇ ਐਸ ਵਕਤ ਕੰਨੀ ਤੇ ਫੌਜੀ ਖੜਾ ਹੈ ਗੱਭਰੂ ਵੀ ਫੌਜ ਵਿੱਚੋਂ ਬਾਪੂ ਨੀ ਰਿਟਾਇਰ ਹੋ ਕੇ ਆਇਆ ਸਮਝ ਆ ਨੀ ਮੈਂ ਤਾਂ ਸੀਗਾ ਬੜਾ ਸਮਝਾਇਆ। ਅੱਛਾ ਜੀ ਲਓ ਸਾਹਮਣੇ ਮੁਕਾਬਲਾ ਬੜਾ ਵਧੀਆ ਤੁਸੀਂ ਦੇਖ ਰਹੇ ਹੈ ਰੱਬ ਤੂੰ ਹੋ ਗੱਲਾਂ ਨਹੀਂ ਰਿਸਾ ਫੌਜੀ ਟੁੱਟੀ ਮੰਜੀ ਵਾਲ ਭਰਾਉਣਾ ਬਿਜਲੀ ਦੀਵੇ ਤਾਰੇ ਵਸਣਾ ਫੌਜੀ ਤੇ ਭਾਵੇਂ ਬੂਟ ਸੜੇ ਲੱਕ ਮਾਰੇ ਵਸਣਾ ਫੌਜੀ ਤੇ। ਫੌਜਣ ਦਾ ਬੜਾ ਪਿਆਰ ਫੌਜੀ ਨਾਲ ਹੁੰਦਾ ਹੈ ਕਿਉਂਕਿ ਲੰਮਾ ਸਮਾਂ ਦੂਰ ਰਹਿੰਦਾ ਹੈ ਇਸ ਕਰਕੇ ਜਾਂਦਾ ਹੈ। ਔਰ ਸਾਹਮਣੇ ਫਿਰ ਅਗਲੀ ਕਬੱਡੀ ਆਉਣਾ ਜੀ ਜਿੰਨੇ ਵੀ ਜੱਫੇ ਸਾਫੋ ਵਾਲੀਆਂ ਗੱਭਰੂ ਲਾਉਣਗੇ ਹਰੇਕ ਜੱਫੇ ਤੇ ਆਹ ਸਾਡਾ ਵੀ ਰਿੰਪਾ ਆਸਟ੍ਰੇਲੀਆ ਅਮਨ ਸਰਪੰਚ ਤੇ ਪੱਪਾ ਆਸਟ੍ਰੇਲੀਆ ਜੱਸਾ ਯੂਐਸਏ ਇਹਨਾਂ ਰੋਲ ਪਰ ਤੇ ਸਹਿਜਾਬੀ ਕੱਪੜੇ ਤਰ ਗਿਆ ਜੀ ਰਸੂਲਪੁਰ ਤੇ ਪਿੰਡ ਦੇ ਰਸੂਲਪੁਰ ਤੇ ਪਿੰਡ ਦੀਆਂ ਟੀਮਾਂ ਜਲਦੀ ਪਹੁੰਚੋ ਜੀ ਰਸੂਲਪੁਰ ਤੇ ਪਿੰਡ। ਆਹ ਦੇਖਦਾ ਜੀ ਗੁਰਨਾਮ ਸਿੰਘ ਰੇਸ਼ਮ ਬੰਬ ਕਹਿੰਦੇ ਮੁੰਡੇ ਨੂੰ, ਇੱਕ ਪਾਸੇ ਰੇਸ਼ਮ ਬੰਬ ਔਰ ਦੂਸਰੇ ਪਾਸੇ ਅਮਲਾ ਔਰ ਹੰਝਾ ਤੇ ਨੇੜੇ ਆ ਕੇ ਮੁਕਾਬਲਾ ਸਖਤ ਹੋ ਗਿਆ ਹੈ। ਪਾਸੇ ਹਟ ਜਾਵੇ ਬਾਬੂ ਗੱਡੀ ਆ ਗਈ ਟੇਸ਼ਨ ਤੇ ਤੇ ਮੈਨੂੰ ਮਾਹੀਆ ਦੇਖਣ ਲਈ ਔਰ 100 ਰੁਪਇਆ ਇਸ ਪੁਆਇੰਟ ਤੇ ਅਮਨਾ ਸਰਪੰਚ ਰਿੰਪਾ ਆਸਟ੍ਰੇਲੀਆ ਪੱਪਾ ਆਸਟ੍ਰੇਲੀਆ ਤੇ ਜੱਸਾ ਯੂਐਸਏ ਵਾਲਾ ਠੀਕ ਹੈ ਜੀ 100 ਰੁਪਇਆ ਇਸ ਪੁਆਇੰਟ ਤੇ ਬਹੁਤ ਧੰਨਵਾਦ ਜੀ। ਜਿਹੜਾ ਲਗਾਤਾਰ 2 ਜਫੇ ਆਊਗਾ ਪੱਪਾ
ਕੇ 500 ਰੁਪਇਆ ਹੋਵੇਗਾ। ਲਓ ਦੇਖਦਾ ਵੀ ਕਰਦਾ ਕਮਾਲ ਬੱਬੂ ਗੱਭਰੂ ਬਹੁਤ ਮਿਹਰਬਾਨੀ ਜਗਮੋਹਨ ਵੱਲੋਂ ਧਾਲੀ ਦੇ ਲਈ ਸਰੇਟਰ ਦੇ ਲਈ 100 ਰੁਪਏ ਜਿਹੜਾ ਪਹਿਲਾਂ ਪੁਆਇੰਟ ਹਾਸਲ ਕੀਤਾ ਹੈ। ਜਗਮੋਹਨ ਸਾਡੇ ਵੀਰ ਵੱਲੋਂ 100 ਰੁਪਏ ਪਹੁੰਚਿਆ, ਬਹੁਤ ਮਿਹਰਬਾਨੀ ਜੀ। ਲਓ ਉੱਥੇ ਅਮਰ ਕਬੱਡੀ ਪਾ ਲਿਆ ਹੈ, ਮੁੰਡੇ ਦੇ ਦੌਲੇ ਤੇ ਤਰੀਤ ਬੰਨਿਆ ਹੈ, ਇਕੱਲੇ ਸਾਂ ਦੇ ਤਰੀਤ ਕਰਦੇ ਨਾ ਰਹੋ ਤੇ ਮਾੜੀ ਮੋਟੇ ਮਤ ਕਰਵਾਉਣ ਜੀ। ਬੋਲੇ ਵਾਲੇ ਸਰਪੰਚ ਵੱਲੋਂ ਦੋਨਾਂ ਟੀਮਾਂ ਨੂੰ 100 ਰੁਪਇਆ ਜੀ। ਬਹੁਤ ਮਿਹਰਬਾਨੀ ਸਰਪੰਚਾਂ ਵੱਲੋਂ ਵੱਡੀ ਸੇਵਾ ਪਹੁੰਚ ਗਈ ਹੈ ਔਰ ਸਾਰੇ ਸਤਿਕਾਰਯੋਗ ਵੀਰਾਂ ਦਾ ਜਿੰਨੇ ਵੀ ਦਾਨੀ ਸੱਜਣ ਸਾਡੇ ਲਈ ਰੈਂਪੇ ਹੋਣੀ ਔਰ ਵੱਡੇ ਅਮਰ ਸਰਪੰਚ ਹੋਣੀ ਮਾਇਆ ਦੀ ਵਰਖਾ ਕਰ ਰਹੇ ਔਰ ਜਿਸਾ ਯੂਸੇ ਵਾਲਾ ਔਰ ਪੱਪਾ ਯੂਸਰਾ ਸਾਰੇ ਸਾਡੇ ਵੀ ਵੱਡੇ ਮਾਣ ਕਰ ਰਹੇ ਨੇ। ਲਓ ਸਾਹਮਣੇ ਫਿਰ ਅਗਲੀ ਕਬੱਡੀ ਆਸ ਵਕਤ ਮੁੰਡਾ ਝੁੱਕਿਆ ਹੈ ਸਾਹਮਣੇ ਵੇਖਦਾ। ਸੁਖਦੇਵ ਯੂਐਸਏ ਤੇ ਮਾਲਾ ਯੂਐਸਏ ਉਹਨਾਂ ਵੱਲੋਂ ਵੱਡੀ ਸੇਵਾ 100 ਰੁਪਇਆ ਜੱਸੀ ਦੇ ਜੱਫੇ ਤੇ ਖੁਸ਼ ਹੋ ਗਿਆ, ਹੌਸਲਾ ਅਫਜ਼ਾਈ ਪਹੁੰਚੀ ਹੈ, ਬਹੁਤ ਮਿਹਰਬਾਨੀ। ਮਲ ਯੂਐਸਏ ਤੇ ਇਹਨਾਂ ਨੂੰ ਵੱਡੀ ਸੇਵਾ ਪਹੁੰਚੀ, ਖਿਡਾਰੀ ਦਾ ਵੱਡਾ ਹੌਸਲਾ ਕੀਤਾ ਗਿਆ। ਔਰ ਨੋਟਾਂ ਤੋਂ ਮਹਿੰਗੀ ਚੀਜ਼ ਕਰੋ, ਜਿੰਦ ਜਾਨ ਤੇਰੇ ਤੋਂ ਵਾਰਾਂਗੇ, ਸਾਡੇ ਪਿੰਡ ਅੱਜ ਹੀ ਹਰ ਦੀਏ ਤੈਨੂੰ ਫੁੱਲਾਂ ਨਾਲ ਵੀ ਹਾਰਾਂਗੇ। ਆਹ ਨੋਟਾਂ ਤੋਂ ਮਹਿੰਗੀ ਚੀਜ਼ ਹੋ ਗਈ, ਅੱਜ ਕਬੱਡੀ ਮਹਿੰਗੀ ਹੋ ਗਈ ਆ। ਲੱਗਦੀ ਕੈਂਚੀ ਰੱਖਦਾ ਧਾਰ ਤੇ ਹੱਥ ਸਾਫ ਵਾਲੀ ਆ, ਜੱਸੀ ਵੀ ਕਮਾਲ ਕਰਦਾ, ਮਾਰ ਮਾਰ ਧੌਲਾ ਗਿੱਜੀ ਲਾਲ ਕਰਦਾ, ਗਿੱਜੀ ਲਾਲ ਕਰਦਾ ਗੱਭਰੂ, ਪਰ ਜਫਾ ਨਹੀਂ ਲਾ ਸਕਿਆ। ਅੰਕ ਕਮਲ ਕੋਟ ਤੋੜੀਆ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪਾਸ ਸੋਨਾ ਕਬੱਡੀ ਅਮਨ ਦੀ ਕਬੱਡੀ ਪੈਂਦੀ ਹੈ ਵੀ ਆਹ ਦੇਖਦੀ ਅਮਨ ਦਾ ਯਾਰੋ ਕਹਿੰਦੇ ਭਾਜ ਵੱਖਰੀ ਹੁਣੇ ਹੁਣੇ ਚੜੀ ਆ ਜਵਾਨੀ ਅੱਥਰੀ ਮੁੰਡਾ ਕਹਦਾ ਯਾਰੋ ਤਾਂ ਮੇਰਾ ਇਤਫਾਨ ਹੈ ਮੁਸ਼ਟਫੁੱਟ ਅਮਨੇ ਚ ਸ਼ੇਰ ਜਿੰਨੀ ਜਾਨ ਆ ਆਹ ਮੁਸ਼ਟਫੁੱਟ ਅਮਨੇ ਚ ਸ਼ੇਰ ਜਿੰਨੀ ਜਾਨ ਆ ਸ਼ੇਰ ਜਿੰਨੀ ਜਾਨ ਗੱਭਰੂ ਦੀ ਪਰ ਪੂਰਾ ਜ਼ੋਰ ਲੱਗ ਗਏ। ਹੈਲੋ ਇਸ ਪੁਆਇੰਟ ਤੇ 100 ਰੁਪਇਆ ਹੈਲੋ ਸਰਪੰਚ ਗੁਰਮੇਸ਼ ਸਾਹਿਬ ਟੀਮਾਂ ਵੱਲੋਂ ਇਸ ਪੁਆਇੰਟ ਤੇ 100 ਰੁਪਇਆ ਦੇ ਰੇਟ ਨੂੰ ਆਇਆ ਆਉਣੇ ਨੂੰ ਸਰਪੰਚ ਗੁਰਮੇਸ਼ ਸਾਹਿਬ ਵੱਲੋਂ ਦਰਸ਼ਨ ਸਿੰਘ ਘਾਲੀ ਵੱਲੋਂ 100 ਰੁਪਇਆ ਅਮਨ ਸਰਪੰਚ ਵੱਲੋਂ ਰਿੰਪਾ ਆਸਟ੍ਰੇਲੀਆ ਸਾਡਾ ਵੀ ਜੱਸਾ ਯੂਐਸਏ ਔਰ ਪਾਪਾ ਯੂਐਸਏ ਆਸਟ੍ਰੇਲੀਆ ਸਾਰਿਆਂ ਵੱਲੋਂ ਵੱਡੇ ਮਾਨ ਪਹੁੰਚੇ 100 ਰੁਪਇਆ ਬਹੁਤ ਧੰਨਵਾਦ ਜੀ। ਗੁਰਦਾ ਖਿੱਚੀ ਹਣਾ ਕੰਮ ਮਾਣਿਆ ਸਾਡਾ ਵੀਰ ਜੀ ਯੈਸ ਆਸਟ੍ਰੇਲੀਆ ਕਹਿਣਾ ਹੋਇਆ ਮਾਰਾ ਜਾ ਨੋਟਾਂ ਦੀ ਰਾਖਾ ਲਓ ਸਾਹਮਣੇ ਵੇਖਦਾ ਫਿਰ ਗੁੱਟ ਫੜ ਕੇ ਜਾਂਦੇ ਕਿੰਦਰੇ ਕੋਈ ਹੱਥ ਛਡਾਵੇ ਨਾ ਹੁਣ ਵਾਰ ਸੋਹਣਾ ਕੈਂਚੀ ਤੇ ਰੇਡਰ ਸੁੱਕਾ ਜਾਵੇ ਤਾਲੇ ਬਾਹਰ ਤੁਹਾਡੇ ਹੱਥ। ਹਾਂਜੀ ਮਨਜੀਤ ਸਮਰਾਏ ਨੂੰ ਅਜਿੰਦਰ ਠੇਕੇਦਾਰ ਵੱਲੋਂ ਡਾਕਟਰ ਗੁਰਮੀਤ ਚੀਮਾ ਵੱਲੋਂ ਬਹੁਤ ਧੰਨਵਾਦ ਜੀ। ਦਰਸ਼ਨ ਘਾਲੀ ਮਨਜੀਤ ਸਮਰਾਏ ਨੂੰ ਜਿਹਨਾਂ ਨੂੰ
ਚਾਹੀਦੀ ਹੈ। ਅਸੀਂ ਦੋਨਾਂ ਟੀਮਾਂ ਨੂੰ ਸਾਡੀ ਬੇਨਤੀ ਟੂਰਨਾਮੈਂਟ ਕਮੇਟੀ ਵੱਲੋਂ ਵੀ ਆਪਦਾ ਜੋ ਫਰਕ ਹੈ ਮਾਨ ਸਨਮਾਨ ਚੰਨਾ ਟੂਰਨਾਮੈਂਟ ਕਮੇਟੀ ਵੱਲੋਂ ਬੇਨਤੀ ਆ ਦੋਨਾਂ ਟੀਮਾਂ ਨੂੰ ਭਾਈ ਆਪਦਾ ਜੋ ਪ੍ਰਾਈਜ਼ ਹੈ ਫਰਕ ਅਤੇ ਸਾਈਡ ਦਾ ਸਾਡੇ ਕੋਲ ਲੈ ਕੇ ਇਸ ਤੋਂ ਬਾਅਦ ਸਮਾਂ ਫਿਰਿਆ ਅੱਜ ਦਾ ਦਿਨ ਦਾ ਘਟਦਾ ਜਾ ਰਿਹਾ ਕਹਿੰਦਾ ਭਾਵ ਤੁਸੀਂ ਆਪਦਾ ਮਾਨ ਸਨਮਾਨ ਸਾਥੋਂ ਲੈ ਜਾਓ ਫਿਰ ਤੁਸੀਂ ਜਿੱਥੇ ਬੈਠ ਮਰਜ਼ੀ ਬੈਠ ਕੇ ਮੇਲਾ ਦੇਖਿਓ। ਹਾਂਜੀ ਲਓ ਜੀ ਬਹੁਤ ਹੀ ਮਹਿੰਗੀ ਕਬੱਡੀ ਦੀ ਗੱਲ ਕਰਦਾ ਵੀ ਨੀਟਾ ਮੰਡੀਲਾ ਵਾਲਾ ਕਹਿੰਦਾ ਤੇ ਸੀਪਾ ਮੰਡੀਲਾ ਤੇ ਪੰਮਾ ਮੰਡੀਲਾ ਜੇ ਨੱਟੂ ਜੱਫਾ ਲਾਉਂਦਾ ਤਾਂ ਪਹਿਲਾਂ ਤੇ 15,000 ਰੁਪਏ ਦਾ ਹੋਵੇਗਾ ਪਹਿਲਾ ਜੱਫਾ ਜੇ ਨੱਟੂ ਲਾਵੇਗਾ ਤਾਂ ਸੈਦੋ ਕੇ ਪਿੰਡ ਵਾਲਾ 15,000 ਰੁਪਏ ਦਾ ਪਹਿਲਾ ਜੱਫਾ ਜੇ ਇੱਕ ਜੱਫਾ ਲਾਵੇਗਾ ਤਾਂ ਆਹ ਸਾਡਾ ਵੀਰ ਸੈਦੋ ਦਾ ਨੱਟੂ ਜੱਫਾ ਲਾਵੇਗਾ ਨੀਟਾ ਮੰਡੀਲਾ ਸੀਪਾ ਮੰਡੀਲਾ ਤੇ ਪੰਮਾ ਮੰਡੀਲਾ ਆਹ ਕਿਤੇ ਵਾਕਈ ਲੱਖਾਂ ਤੋਂ ਆ ਅੱਖਾਂ ਤੋਂ ਲੱਖਾਂ ਦੀ ਤੇ ਲੱਖਾਂ ਤੋਂ ਕਰੋੜਾਂ ਦੀ ਹੋ ਗਈ ਇਹ ਸਕਿੱਲ ਦੋ ਜੋ ਨਰਾਜ਼ ਸ਼ਹਿਰ ਆਇਆ ਵੱਲੋਂ ਮਨਜੀਤ ਸਮਰਾਟ 100 ਰੁਪਏ ਜੀ ਮਨਜੀਤ ਸਮਰਾਟ ਵੀ ਰੋਜ਼ਗਾਰ ਦੀ ਹੈ ਲੋਹਾ ਪੱਤੀ ਇਹਦੇ ਵੱਲੋਂ ਸਾਥੋਂ ਹੈ ਜੀ ਸਾਰੀ ਟੀਮ ਨੂੰ 200 ਰੁਪਇਆ ਰਣਦੀਪ ਸਿੰਘ ਧੀਰਾ ਦਾ ਟੂਰਨਾਮੈਂਟ ਕਮੇਟੀ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਆਪਦੀ ਕਰਤ ਕਮਾਈ ਦੇ ਵਿੱਚੋਂ ਮਾਨ ਸਨਮਾਨ ਦਿੱਤਾ। ਹੈਲੋ ਜੋ ਨਰਾਇਣ ਸਿੰਘ ਰੋਡਵੇਜ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਸਾਨੂੰ 1500 ਰੁਪਏ ਦੀ ਰਾਸ਼ੀ ਦਿੱਤੀ ਹੈ ਟੂਰਨਾਮੈਂਟ ਕਮੇਟੀ ਨਰਿੰਦਰ ਸਿੰਘ ਰੋਡਵੇਜ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਹੜੇ ਸਾਨੂੰ ਹਰ ਸਾਲ ਹੀ ਬਹੁਤ ਵੱਧ ਕੇ ਨੇ ਔਰ ਨਾਲ ਹੀ ਕਬੱਡੀ ਖਿਡਾਰੀ ਜੱਸੀ ਤੇ ਬੱਬੂ ਦਾ ਸਾਡੇ ਵੀਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਧਰਵੰਤ ਵੱਲੋਂ 5,500 ਰੁਪਏ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਬਹੁਤ ਧੰਨਵਾਦ ਜੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੈਨੇਡਾ ਵਿੱਚ ਬੈਠਾ ਮੈਚ ਦੇਖ ਰਿਹਾ ਹੈ ਔਰ 5,500 ਰੁਪਏ ਦਾ ਜੱਸੀ ਤੇ ਬੱਬੂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਫੋਟੋ ਕਰੀ ਕਰਾਂ ਜੋ ਨਰੰਗ ਸਿੰਘ ਉਹਨੇ ਸਾਨੂੰ 15 ਨਰੰਗ ਸਿੰਘ ਨੇ 1500 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਦਿੱਤਾ ਟੂਰਨਾਮੈਂਟ ਕਮੇਟੀ ਧੰਨਵਾਦ ਕਰਦੀ ਆ। ਅੱਜ ਕੱਲ੍ਹ ਰੋਡਵੇਜ ਵਿੱਚ ਮੁਲਾਜ਼ਮ ਨੇ ਉਹਨਾਂ ਦੇ ਵੱਡੇ ਭਾਈ ਇਸ ਟਾਈਮ ਤੇ 62 ਕਿਲੋ ਦੇ ਵਿੱਚ ਖੇਡ ਰਹੇ ਨੇ ਉਹ ਆਪਦਾ ਮਾਨ ਸਨਮਾਨ ਚੱਲ ਲੈ ਰਹੇ ਨੇ। ਬਹੁਤ ਤਕੜਾ ਮੈਚ ਖੇਡ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਪਾਸੇ ਕਹਿੰਦੇ ਭਿੰਡਰਾਂ ਦੀ ਟੀਮ ਹੈ ਮੇਰੇ ਵੀਰੋ ਤੇ ਦੂਸਰੇ ਪਾਸੇ ਟੀਮ ਜਿਹੜੀ ਰਸੂਲਪੁਰ ਦੀ ਭਿੰਡਰਾਂ ਦੀ ਟੀਮ ਖੇਤਾਂ ਵਾਲੀ ਸਾਈਡ ਪੁੱਜ ਗਈ ਹੈ ਔਰ ਮੇਨ ਸਟੇਜ ਵਾਲੀ ਸਾਈਡ ਜਿਹੜੀ ਟੀਮ ਮੇਰੇ ਵੀਰੋ ਰਸੂਲਪੁਰ ਦੀ ਜ਼ਿਲ੍ਹੇ ਮੋਗੇ ਤੇ ਲੁਧਿਆਣੇ ਦੀਆਂ ਟੀਮਾਂ ਦੇ ਦਰਮਿਆਨ ਬਹੁਤ ਤਕੜਾ ਮੈਚ ਖੇਡ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ ਹੈ। ਕਿਹੋ ਲੱਗਾ ਮੈਚ ਜਿਹਨੂੰ ਸਾਹਨਾ ਵਾਲਾ ਭੇਡ ਕਹਿੰਦੇ ਧਾਵੀ ਅਤੇ ਜਾਫੀ ਦਾ ਜਿਹਨੂੰ ਏਡ ਗੇਡ ਕਹਿੰਦੇ ਗੁੱਟ ਫੜ ਟਾਈਗਰਾਂ ਦੀ ਕੈਂਚੀ ਉਦੋਂ ਲਾਉਣੀ ਆ ਚੀਤੇ ਜੰਪ ਐਟਮਾਂ ਦੀ ਕਬੱਡੀ ਉਦੋਂ ਪਾਉਣੀ ਹੈ ਇਹ ਖਿਤਾਬ ਮਿਲ ਗਏ ਨੇ ਮੇਰੇ ਵੀਰੋ ਖੇਡ ਕਬੱਡੀ ਦੇ ਵਿੱਚ ਤਕੜਾ ਮੈਚ ਕਬੱਡੀ ਦਾ ਇਸ ਵੇਲੇ ਸ਼ੁਰੂ ਹੋਣ ਜਾ ਰਿਹਾ। ਪਹਿਲੀ ਕਬੱਡੀ ਨੌ ਜਿਹੜੇ ਸ਼ੀਰਾ ਖੇਡ ਮੈਦਾਨ ਦੇ ਵਿੱਚ ਸ਼ੀਰਾ ਰਸੂਲਪੁਰ ਦੀ ਧਰਤੀ ਹੈ ਸਰਦਾਰਾਂ ਦਾ ਪਿੰਡ ਹੈ ਤੇ ਦੂਸਰੇ ਪਾਸੇ ਨੌਜਨ ਘਬਰੂ ਬਾਬੂ ਭਿੰਡਰਾ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਪਹਿਲਾਂ 1.5 ਜੱਫਾ ਲੱਗ ਗਈ ਇਹ ਜੋ ਸਾਈਡ ਆਈ ਆ ਕੋਟ ਕੋਟ ਦੀ ਟੀਮ ਆ ਉਸਨੂੰ ਜੋ ਨਾਮ ਦਿੱਤਾ ਜਾ ਰਿਹਾ ਉਹਨਾਂ ਜੋ ਬਣਦਾ ਸੀ ਉਹ ਕਮੇਟੀ ਵੱਲੋਂ ਆ ਜੋ ਇਹਨਾਂ ਨੂੰ ਕੱਪ ਦਿੱਤਾ ਜਾ ਰਿਹਾ ਉਹ ਰਿਪ ਆਸਟ੍ਰੇਲੀਆ ਪੱਪਾ ਆਸਟ੍ਰੇਲੀਆ ਤੇ ਜੋ USA ਵੱਲੋਂ 72 ਕਿਲੋ ਦੀ ਸਾਈਡ ਟੀਮ ਨੂੰ ਜੋ ਨਾਮ ਦਿੱਤਾ ਜਾ ਰਿਹਾ ਉਹ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਜੋ ਕੱਪ ਦਿੱਤਾ ਜਾ ਰਿਹਾ ਰਿਪ ਆਸਟ੍ਰੇਲੀਆ
ਪਾਪਾ ਆਸਟ੍ਰੇਲੀਆ ਅਤੇ ਦੇਵ ਜੋਸ ਵੱਲੋਂ ਦਿੱਤਾ ਜਾ ਰਿਹਾ। ਅਸੀਂ ਇਹਨਾਂ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਹਰ ਵੇਲੇ ਤੇ ਸਾਡਾ ਸਹਿਯੋਗ ਦਿੰਦੇ ਨੇ। ਆਉਂਦੇ ਵੇਲੇ ਜਿਹੜੀਆਂ ਤਰੀਕਾਂ ਵੀ ਇਹਨਾਂ ਨੇ ਕਹਿਤਾ ਕਈ ਵੱਧ ਚੜ੍ਹ ਕੇ ਅਸੀਂ ਇਸ ਵਿੱਚ ਸਹਿਯੋਗ ਦੇਵਾਂਗੇ, ਵੱਧ ਹਿੱਸਾ ਪਾਵਾਂਗੇ। ਧੰਨਵਾਦ ਇਹਨਾਂ ਦਾਨੀ ਸੱਜਣਾਂ ਦਾ। ਹੈਲੋ ਆ ਜਾਓ ਪੂਰਾ ਵੀਰੋ, ਫਸਟ ਨਾਮ ਵਾਲੇ ਵੀ ਤੁਸੀਂ ਆ ਜਾਓ, ਆਪਦਾ ਪ੍ਰਾਈਜ਼ ਲੈ ਜਾਓ। ਇਹਨਾਂ ਦਾ ਜੋ ਪ੍ਰਾਈਜ਼ ਹੈ ਫਸਟ ਦਾ, ਉਹ ਦੇਵ ਜੋਸ ਪੱਪਾ ਆਸਟ੍ਰੇਲੀਆ ਅਤੇ ਹਿੱਪ ਆਸਟ੍ਰੇਲੀਆ ਵੱਲੋਂ ਫਸਟ ਭੱਦਰਗੜ ਦਾ ਫਸਟ ਨਾਮ ਇਹਨਾਂ ਤਿੰਨਾਂ ਪਰਿਵਾਰਾਂ ਵੱਲੋਂ ਦਿੱਤਾ ਜਾਣਾ। ਇਹ ਜੋ ਕੱਪ ਹੈ ਲੈਣਾ ਹੈ, ਇਹਦਾ ਮਾਨ ਸਨਮਾਨ ਕੀਤੇ ਜਾ ਰਹੇ ਹੈ। ਹੈਲੋ ਜੋ ਨਾਮ ਹੈ ਬਸਤਰ ਕਿਲੇ ਦਾ, ਇਹ ਇਹਨਾਂ ਤਿੰਨਾਂ ਪਰਿਵਾਰਾਂ ਵੱਲੋਂ ਦਿੱਤਾ ਜਾ ਰਿਹਾ। ਜੋ ਕੱਪ ਦਿੱਤਾ ਜਾ ਰਿਹਾ ਉਹ ਵੀ ਇਹਨਾਂ ਤਿੰਨਾਂ ਪਰਿਵਾਰਾਂ ਵੱਲੋਂ ਦਿੱਤਾ ਜਾ ਰਿਹਾ। ਅਸੀਂ ਆਸਟ੍ਰੇਲੀਆ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਟੂਰਨਾਮੈਂਟ ਕਮੇਟੀ ਵੱਲੋਂ। ਹੈਲੋ ਇਸਲਈ ਕਹਿੰਦੇ ਨਾਲ ਜਿਹੜੇ ਸ਼ੀਰਾ ਰਸੂਰ ਕੁੜੀ ਆ ਕਬੱਡੀ ਪਾਉਂਦਾ ਹੋਇਆ, ਮੇਰੇ ਵੀਰੋ ਰਾਜੂ ਭਿੰਡਰਾ ਵਾਲੇ ਦਾ ਫੜਿਆ ਹੋਇਆ ਗੁੱਟ, ਨਾਲ ਜਿਹੜੇ ਛਡਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਚੱਲਦਾ ਹੋਇਆ ਮੁਕਾਬਲਾ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਲੱਗਿਆ ਹੋਇਆ ਕਿ ਚੋਟੀ ਵਾਲ ਜੋੜ ਤੇ ਬੋਲੀਆਂ ਨਚੋੜੀਆਂ ਹਾਰੇ ਦਾ ਉਕੜਿਆ ਭੱਜਣ ਦੀ ਯੁੱਧ ਰਹੇ ਦਾ ਉਸ ਧਾਵੀ ਵਿੱਚ ਜਾਣ ਦਿਆ ਸਾਰੇ ਗੁੱਟ ਜੀ ਰਾਜੀ ਦਾ ਫੜਿਆ। ਸਾਡੇ ਪੰਜਾਬ ਪੁਲਿਸ ਦੇ ਬਹੁਤ ਹੀ ਸਤਿਕਾਰਯੋਗ ਵੀਰ ਘਾਲਕਰਾਂ ਤੋਂ ਪੁੱਜੇ ਹੈ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਨਿੱਕੂ ਚੀਮਾ ਦੀ ਯਾਦ ਦੇ ਵਿੱਚ 72 ਕਿਲੋ ਦਾ ਮੇਰੇ ਵੀਰ ਪਹਿਲਾ ਜੋ ਰਿੰਪਾ ਸਾਡੇ ਵੀਰ ਪੱਪਾ ਤੇ ਦੇਵ ਇਹਨਾਂ ਵੀਰਾਂ ਦੀ ਤਰਫੋਂ ਜਿਹੜੇ ਮਾਨ ਸਨਮਾਨ ਦਿੱਤੇ ਜਾ ਰਹੇ ਹੈ। ਇੱਧਰ ਮੈਚ ਬਹੁਤ ਤਕੜਾ ਦੋਨੋਂ ਟੀਮਾਂ ਦੇ ਦਰਮਿਆਨ, ਕਹਿੰਦੇ ਲੋਕੋ ਪਿੰਡ ਦਾ ਗੱਗੀ ਦਾ ਪੇਂਡੂ ਨੌਜਵਾਨ ਸੁੱਖਾ ਕਬੱਡੀ ਪਾ ਰਿਹਾ, ਸਵਾਮੀ ਦਰਬਾਰਾ ਸਿੰਘ ਦੀ ਧਰਤੀ ਹੈ, ਲੋਕੋ ਪਿੰਡ ਬੜਾ ਮਸ਼ਹੂਰ ਹੈ, ਕੇਬਲ ਦਾ ਪਿੰਡ ਹੈ ਤੇ ਦੂਸਰੇ ਪਾਸੇ ਵੇਖੋ ਵੀ ਨੌਜਵਾਨ ਬਾਬੂ ਭਿੰਡਰਾ ਵਾਲਾ ਲਾਹ ਤਕੜਾ ਜਫਾ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ। ਅਗਲੀ ਕਬੱਡੀ ਨੌਜਵਾਨ ਕਹਿੰਦੇ ਘੱਟ ਦਾ ਭਿੰਡਰ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ। ਦਰਸ਼ਨ ਸੈਣੀ ਕਨੇਡਾ ਵਾਲੇ ਕੰਤ ਰਸੂਰਪੁਰੀਏ ਲਈ ਸਾਲ ਵੀ ਇਹਦੇ ਮਾਨ ਸਨਮਾਨ ਭੇਜਦੇ ਹੈ। ਸਰਦਾਰ ਦਰਸ਼ਨ ਸਿੰਘ ਜੀ ਰਸੂਰਪੁਰੀਏ ਕੰਤ ਲਈ ਸਾਲ ਵੀ ਇਹਦੇ ਮਾਨ ਸਨਮਾਨ ਭੇਜਦੇ ਹੈ। ਇੱਧਰ ਪਈ ਹੋਈ ਕਬੱਡੀ ਨੌਜਵਾਨ ਗੱਭਰੂ ਦੀ ਬੋਲ ਹੈ ਧਾਵਾ ਕੰਤ ਰਸੂਰਪੁਰੀਆ, ਦੋ ਵਾਰ ਕਨੇਡਾ ਦੀ ਧਰਤੀ ਤੇ ਖੇਡਿਆ ਨੌਜਵਾਨ ਖਿਡਾਰੀ, ਪਰ ਨੌਜਵਾਨ ਪੁਆਇੰਟ ਇਸ ਲਈ ਘੱਗਰਾ ਭਿੰਡਰ ਪਿੰਡ ਦਾ ਆਪਣੀ ਟੀਮ ਲਈ ਜੋੜਦਾ ਹੈ। ਸ਼ੀਰਾ ਰਸੂਰਪੁਰੀਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਮਾਲਾ ਖੁਰ ਤੇ ਭੂਰ ਦੀਆਂ ਟੀਮਾਂ ਅਗਲੇ ਮੈਚ ਲਈ ਤਿਆਰ ਹੈ। ਮਾਲਾ ਖੁਰ ਤੇ ਭੂਰ ਜਿਹਨਾਂ ਨੂੰ ਕਮੇਟੀ ਵੱਲੋਂ ਮਾਨ ਸਨਮਾਨ ਦਿੱਤਾ ਜਾਣਾ ਹੈ ਉਹ ਆਪਦਾ ਮਾਨ ਸਨਮਾਨ ਲੈ ਰਹੇ ਨੇ। ਅਸੀਂ ਵਾਰ ਸਰਦਾਰ ਦਰਸ਼ਨ ਸਿੰਘ ਜੀ ਗਿੱਲ ਬਾਬੂ ਭਿੰਡਰਾ ਵਾਲੇ ਲਈ 100 ਰੁਪਏ ਦੇ ਮਾਨ ਸਨਮਾਨ ਭੇਜਦੇ ਹੈ। ਅੰਟਾਰੀਓ ਦੀ ਬਹੁਤ ਸਤਿਕਾਰਯੋਗ ਸ਼ਖਸੀਅਤ ਹੈ, ਉੱਥੋਂ ਦੀ ਖੇਡ ਫੈਡਰੇਸ਼ਨ ਨੂੰ ਰਨ ਕਰਦੇ ਹੈ। ਇੱਧਰ ਨੌਜਵਾਨ ਰਮਨ ਕਬੱਡੀ ਪਾ ਰਹੇ ਮੇਰੇ ਵੀਰ,
ਪਿੰਡ ਪਿੰਡ ਦਾ ਚਾਰ ਜਾਫੀਆਂ ਦੇ ਵਿੱਚ ਵੇਖਦਾ ਵੀ ਹੁਣ ਕੌਣ ਜਫਾ ਲਾ ਕੇ ਲੱਖਾਂ ਜਾਂ ਪੁਆਇੰਟ ਜੋੜਦਾ। ਜੱਸੀ ਰਸੂਲਪੁਰ ਦਾ ਤੇ ਪੁਆਇੰਟ ਰਮਨ ਭਿੰਡਰਾ ਵਾਲਾ ਆਪਣੀ ਟੀਮ ਲਈ ਜੋੜਦਾ। ਸੁੱਖਾ ਲੋਕੋ ਦੀ ਧਰਤੀ ਦਾ ਨੌਜਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ। ਉਧਰ ਦਰਸ਼ਨ ਸਿੰਘ ਜੀ ਗਿੱਲ ਵੱਡੇ ਮਾਣ ਕਰਦੇ ਇਹਨਾਂ ਮੂਲਾਂ ਤੋਂ ਖੁਸ਼ ਹੋ ਕੇ, ਬਹੁਤ ਬਹੁਤ ਧੰਨਵਾਦ ਹੈ। ਇੱਧਰ ਸੁੱਖੇ ਦੀ ਕਬੱਡੀ ਤੇ ਬੱਬੂ ਦੇ ਨਾਲ ਚੱਲਦਾ ਹੋਇਆ ਮੁਕਾਬਲਾ, ਨਾ ਜਿਹੜੇ ਸੁੱਖਾ ਲੋਪੋ ਪਿੰਡ ਦਾ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ, ਘੱਟਣਾ ਭਿੰਡਰਾ ਵਾਲਾ ਮੇਰੇ ਵੀਰੇ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਤਕੜਾ ਮੈਚ ਹੈ, ਦੋਨੋਂ ਹੀ ਟੀਮਾਂ ਦੇ ਦਰਮਿਆਨ ਭਲੋਰ ਤੇ ਮਾਲਾ ਖੁਰ ਦੀਆਂ ਟੀਮਾਂ ਅਗਲੇ ਮੈਚ ਲਈ ਤਿਆਰ ਰਹਿਣਗੀਆਂ। ਉਧਰ ਜਿੰਨੇ ਵੀ ਪੰਜਾਬ ਪੁੱਜੇ ਹੈ ਭਾਈ ਕਰਨਾਲਾ ਕੋਲੇ ਸਮਾਜ ਇਕੱਠੇ ਨਾ ਕਰਿਆ ਕਰੋ, ਭਿੜੀ ਜਾਂਦੀ ਦੋਨਾਂ ਦੀ, ਮੇਰੇ ਕੈਂਟ ਦੂਜਾ ਵੀ ਮਾਰ ਲੱਗ ਜਾਣਾ ਕਰੇ। ਜੱਸੀ ਤੇ ਬੱਬੂ ਦਾ ਕਹਿੰਦੇ ਵੀ ਧਰਮੰਦ ਸਾਫੂ ਵਾਲੀ ਆ, ਦੁਨੀਆਂ ਭਰ ਦਾ ਮਹਾਨ ਕਬੱਡੀ ਖਿਡਾਰੀ, ਉਹਦੇ ਵੱਲੋਂ 5500 ਰੁਪਏ ਦੇ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਜੱਸੀ ਤੇ ਬੱਬੂ ਨੂੰ। ਸਾਫੂ ਵਾਲੀ ਆ ਧਰਮੰਦ, ਦੁਨੀਆਂ ਭਰ ਦਾ ਮਹਾਨ ਕਬੱਡੀ ਖਿਡਾਰੀ, ਜਾ ਵਸਿਆ ਕਨੇਡਾ ਦੇ ਵਿੱਚ, 5500 ਰੁਪਏ ਦੇ ਨਾਲ ਮਾਨ ਸਨਮਾਨ। ਮੈਚ ਸਮਾਪਤ ਹੈ, ਭਿੰਡਰਾ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ, ਭਲੂਰ ਤੇ ਮਾਲਾ ਖੁਰ ਦੀਆਂ ਟੀਮਾਂ ਅਗਲੇ ਮੈਚ ਲਈ ਖੇਡ ਗਰਾਊਂਡ ਦੇ ਵਿੱਚ ਪੁੱਜਣ। ਭਲੂਰ ਤੇ ਮਾਲਾ ਦੀਆਂ ਟੀਮਾਂ ਇੱਧਰ ਸਾਫੂ ਵਾਲੀ ਹੈ ਧਰਮੰਦ ਵੱਲੋਂ, ਜੱਸੀ ਤੇ ਬੱਬੂ ਦਾ 5500 ਰੁਪਏ ਦੇ ਨਾਲ ਮਾਨ ਸਨਮਾਨ ਕਰਦੇ ਹੋਏ ਸਾਡੇ ਵੀਰ ਮਨਪ੍ਰੀਤ ਵਰਗੇ ਨਾਲ ਧਰਮੰਦ ਦਾ ਸਾਥੀ ਸਾਡਾ ਵੀਰ, ਇਹਨਾਂ ਦੇ ਵੱਲੋਂ ਵਿਸ਼ੇਸ਼ ਮਾਨ ਸਨਮਾਨ ਕੀਤੇ ਜਾ ਰਹੇ ਹੈ। ਮਾਲਾ ਖੁਰਦ ਤੇ ਭਲੂਰ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣ। ਇੱਧਰ ਮਾਲੇ ਵਾਲਾ ਨੌਜਵਾਨ ਡੰਡ ਲਾਵੇਗਾ, ਉਹਦਾ ਵੀ ਜ਼ਰੂਰ ਮਾਨ ਸਨਮਾਨ ਕਰਨਾ ਹੈ, 400 ਡੰਡ ਲਾਵੇਗਾ। ਹੈਲੋ, ਹਾਂਜੀ, ਜੋ ਕੌਂਟੀ ਖਿਡਾਰੀ ਆ ਗੋਰਾ ਢਾਲੀ, ਉਸਨੂੰ ਕਨੇਡਾ ਵਾਲੇ ਜੋ ਪਰਿਵਾਰ ਆ ਨਛੱਤਰ ਸਿੰਘ ਢਾਲੀ, ਉਹਨਾਂ ਵੱਲੋਂ 11000 ਰੁਪਇਆ ਦੇ ਕੇ ਇੱਕ ਕੱਪ ਦੇ ਨਾਲ ਮਾਨ ਸਨਮਾਨ ਦਿੱਤਾ ਜਾਣਾ। ਅਸੀਂ ਉਸ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਤੇ ਗੋਰੇ ਢਾਲੀ ਨੂੰ ਕਹਿੰਦੇ ਹਾਂ ਵੀ ਤੁਸੀਂ ਆਪਦਾ ਮਾਨ ਸਨਮਾਨ ਜਿਹੜਾ ਚਿੰਨ ਬਣਦਾ ਹੈ ਉਹ ਤੁਸੀਂ ਇੱਥੋਂ ਆ ਕੇ ਲੈ ਜਾਓ। ਅਸੀਂ ਢਾਲੀ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਟੂਰਨਾਮੈਂਟ ਕਮੇਟੀ ਦਾ ਵੀ ਸਹਿਯੋਗ ਦਿੰਦੇ ਨੇ ਔਰ ਖਿਡਾਰੀਆਂ ਵੀਰਾਂ ਨੂੰ ਵੀ ਉਤਸ਼ਾਹ ਕਰਦੇ ਨੇ। ਹੋਰ ਪੰਮਾ ਮਡੀਦਾ ਵੱਲੋਂ ਦੁਬਾਰਾ ਫਿਰ ਫੋਨ ਆਇਆ ਕਿ ਜੋ ਸੈਦੋ ਵਾਲਾ ਨੀਲਾ ਹੈ ਉਸਨੂੰ ਆਉਂਦੇ ਸਾਫੂ ਵਾਲੇ ਦੇ ਮੇਲੇ ਤੇ ਬੋਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਆਉਣ ਵਾਲਾ ਜੇ ਸਾਫੂ ਵਾਲੇ ਦਾ 13ਵਾਂ ਮੇਲਾ ਹੈ ਉਹਦਾ ਜੋ ਏ ਟੀਮ ਦਾ ਫਸਟ ਅਤੇ ਸੈਕਿੰਡ ਨਾਮ ਹੈ ਉਹ ਪੰਮਾ ਮਡੀਦਾ ਵੱਲੋਂ ਦਿੱਤਾ ਜਾਵੇਗਾ। ਅਸੀਂ ਬੁੱਪਾ ਰਾਏ ਪਰਿਵਾਰ ਦਾ ਸਵਰਗੀਆ ਸਰਜੀਤ ਸਿੰਘ ਬੁੱਪਾ ਰਾਏ ਉਹਨਾਂ ਦੇ ਪਰਿਵਾਰ ਦਾ ਟੂਰਨਾਮੈਂਟ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ। ਇੱਧਰ ਮੈਚ ਸ਼ੁਰੂ ਹੋਣ ਜਾ ਰਿਹਾ ਹੈ, ਭਲੋਰ ਤੇ ਮਾਲਾ ਖੁਰ ਦੀਆਂ ਟੀਮਾਂ ਦੇ ਦਰਮਿਆਨ। ਉਧਰ ਰਿੰਪਾ ਸਰਪੰਚ ਸਾਡਾ ਵੀਰ ਅਮਨ ਸਰਪੰਚ ਤੇ ਰਿੰਪਾ ਆਸਟ੍ਰੇਲੀਆ ਬਿੰਦਰ ਮਿਸ਼ਰੀ ਵਾਲੇ ਲਈ ਵੱਡੇ ਮਾਣ ਪੁੱਜਦੇ ਕਰਦੇ ਹੈ। ਪੰਜ ਗ੍ਰਾਈ ਕਲਾ ਤੇ ਸੈਦੋਕੇ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ। ਮਾਲਾ ਖੁਰ ਤੇ ਭਲੂਰ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਮਾਲਾ ਖੁਰ ਤੇ ਭਲੂਰ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ। ਪੰਜ ਗ੍ਰਾਈ ਕਲਾਂ ਤੇ ਸੈਦੋਕੇ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਪ੍ਰਬੰਧਕੀ ਕਮੇਟੀ ਦਾ ਕੀ ਫੈਸਲਾ, ਜਲਦੀ ਨਾਲ ਜਿਹੜਾ ਮੈਚ ਸ਼ੁਰੂ ਕਰਵਾ ਦਿਓ। ਪੰਜ ਗ੍ਰਾਈ
ਕਲਾ ਤੇ ਸ਼ੈਦੋਗਿਰ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ। ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਹੈ। ਇੱਧਰ ਪੰਜਾਬ ਲਾਈਵ 1.com ਵੱਲੋਂ ਲਾਈਵ ਟੈਲੀਕਾਸਟ ਦੁਨੀਆ ਭਰ ਦੇ ਵਿੱਚ ਕੀਤਾ ਜਾ ਰਿਹਾ ਮੇਰੇ ਵੀਰੋ, ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦਾ ਪੰਜਾਬ ਲਾਈਵ 1.com ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਜਿਨ੍ਹਾਂ ਨੇ ਅੱਜ ਦਾ ਟੂਰਨਾਮੈਂਟ ਪੂਰੀ ਦੁਨੀਆ ਦੇ ਵਿੱਚ ਲਾਈਵ ਕੀਤਾ ਹੈ। ਨਾਲ ਇੱਕ ਪਾਸੇ ਕਹਿੰਦੇ ਵੀ ਟੀਮ ਜਿਹੜੀ ਭਲੂਰ ਦੀ ਮਿਲ ਗਈ ਉਹ ਪੁੱਜ ਗਈ ਹੈ ਮੇਨ ਸਟੇਜ ਵਾਲੀ ਸਾਈਡ, ਤੇ ਦੂਸਰੇ ਪਾਸੇ ਕਹਿੰਦੇ ਵੀ ਟੀਮ ਜਿਹੜੀ ਪੁੱਜ ਗਈ ਹੈ ਉਹ ਮਾਲੇ ਖੁਰਦੀ ਹੈ। ਦੋਨੋਂ ਹੀ ਟੀਮਾਂ ਦੇ ਦਰਮਿਆਨ ਤਕੜਾ ਮੈਚ, ਇੱਕ ਪਾਸੇ ਜਗਰਾਜ ਸਿੰਘ ਦੀ ਮਾਲਾ ਅਲਬਰਟਾ ਦੀ PSC ਕਬੱਡੀ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਨੇ ਉੱਤੇ ਮਾਰਟਨ ਵੈਲੀ ਕਬੱਡੀ ਕਲੱਬ ਕੈਲਗਰੀ ਚਲਾਉਂਦੇ ਆ, ਕਨੇਡਾ ਦੀ ਅਲਬਰਟਾ ਸਟੇਟ ਦੇ ਵਿੱਚ ਉਹਨਾਂ ਦੇ ਪਿੰਡ ਦੀ ਟੀਮ ਹੈ ਮੇਰੇ ਵੀਰੋ। ਜੀ ਜੋ ਤਿੰਨ ਦਿਨ ਤੋਂ ਸਦਰ ਥਾਣਾ ਮੋਗਾ ਉਸ ਤੋਂ ਮੁਲਾਜ਼ਮਾਂ ਤਿੰਨ ਦਿਨ ਤੋਂ ਇਸ ਟੂਰਨਾਮੈਂਟ ਦੇ ਵਿੱਚ ਸਹਿਯੋਗ ਦੇ ਰਹੇ ਨੇ, ਸੇਵਾ ਨਿਭਾ ਰਹੇ ਨੇ। ਟੂਰਨਾਮੈਂਟ ਕਮੇਟੀ ਇੱਥੇ ਇੰਸਪੈਕਟਰ ਸਾਹਿਬ ਪਹੁੰਚੇ ਨੇ, ਜੋ ਦੂਸਰੇ ਮੁਲਾਜ਼ਮ ਇੱਥੇ ਆਏ ਹੋਏ ਨੇ ਟੂਰਨਾਮੈਂਟ ਕਮੇਟੀ ਵੱਲੋਂ। ਇਹ ਇਸ ਸਦਰ ਥਾਣੇ ਦੇ ਜੋ ਮੁਲਾਜ਼ਮ ਹੈ ਇੰਸਪੈਕਟਰ ਸਾਹਿਬ ਉਸ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਟੂਰਨਾਮੈਂਟ ਕਮੇਟੀ ਵੱਲੋਂ। ਮਾਈਕ ਤੇ ਮਾਹਰੀ ਸਤਿਕਾਰਯੋਗ ਮੱਖਣ ਬਰਾੜੀ। ਹਾਂਜੀ ਕਾਲਾ ਜੀ ਆਇਓ ਅੱਗੇ। ਹਾਂਜੀ ਹੁਣ ਮਾਨ ਸਨਮਾਨ ਦਿੱਤਾ ਜਾ ਰਿਹਾ ਮੋਗਾ ਸਦਰ ਥਾਣਾ ਮੋਗਾ ਟੂਰਨਾਮੈਂਟ ਕਮੇਟੀ ਵੱਲੋਂ। ਇਹਨਾਂ ਦੀਆਂ ਤਿੰਨ ਦਿਨ ਸੇਵਾਵਾਂ ਚੱਲ ਰਹੀਆਂ ਨੇ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਦੇ ਲਈ ਤੇ ਤਿੰਨ ਦਿਨ ਸੇਵਾਵਾਂ ਨਿਭਾਉਣ ਤੇ ਵੀ। ਬਾਕੀ ਗੋਰੇ ਘਾਲੀ ਨੂੰ ਨਛੱਤਰ ਘਾਲੀ ਉਹਨਾਂ ਵੱਲੋਂ ਗੋਰੇ ਘਾਲੀ ਖਿਡਾਰੀ ਨੂੰ 11,000 ਰੁਪਇਆ ਅਤੇ ਇੱਕ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ। ਅਸੀਂ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ ਹਾਂਜੀ ਗੋਰਾ ਜੀ ਲਓ ਤੁਸੀਂ ਆਪਦਾ ਮਾਨ ਸਨਮਾਨ ਆ ਜੀ ਆਓ ਗੋਰਾ। ਹਾਂਜੀ ਗੋਰੇ ਘਾਲੀ ਦਾ 11,000 ਰੁਪਇਆ ਅਤੇ ਕੱਪ ਦੇ ਨਛੱਤਰ ਸਿੰਘ ਘਾਲੀ ਜੋ ਅੱਜ ਕੱਲ੍ਹ ਪੇਡਾ ਦੀ ਧਰਤੀ ਦੇ ਵਸ ਗਏ ਨੇ ਉਹਨਾਂ ਵੱਲੋਂ ਇਸ ਕਡੱਕ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ। ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੋਨੇ ਕੋਲਸ ਇਕੱਠੇ ਲਾ ਕੇ ਰੋਟੀ ਕਰ ਲੋ। ਹੈਲੋ ਹਾਂ ਹੈਲੋ ਉਹਦੀ ਇੱਕ ਬਾਈ ਦੇ ਸਕੂਟਰ ਦੀ ਚਾਬੀ ਬਹਿੰਦੀ ਹੈ, ਜੇ ਤੇ ਮਰਜ਼ੀ ਨਾਲ ਸਟੇਜ ਤੇ ਪਹੁੰਚਾ ਦੇਵੇ ਸਕੂਟਰ ਦੀ ਚਾਬੀ ਹੈ। ਲਓ ਜੀ ਬਾਈ ਗੱਲ ਬੜੀ ਖੁਸ਼ੀ ਦੀ ਹੈ, ਇੱਕ ਤਾਂ ਸਕੂਟਰ ਦੀ ਚਾਬੀ ਟੱਕ ਪਈ ਹੈ ਤੇ ਇੱਕ ਇੰਨੀ ਖੁਸ਼ੀ ਦੀ ਗੱਲ ਹੈ ਮੇਰਾ ਬਟੂਆ ਕਿਸੇ ਨੇ ਕੱਢ ਲਿਆ ਜੇ ਕੋਲ ਹੈਗਾ ਮਿਲ ਜਾਏ ਜੋ ਜਾਣੀ ਬਹੁਤ ਹੈ ਯਾਰ ਉਹ ਚ।
ਮੈਂ ਠੀਕ ਆ, ਮੈਂ ਕਿਹਾ ਦੱਸ ਦਈਏ ਤਕਲੀਫ ਜੇ ਬੰਦੇ ਕਿਸੇ ਨੂੰ ਹੋਵੇ ਤਾਂ ਉਹਨੂੰ ਦੱਸ ਦੇਣੀ ਚਾਹੀਦੀ ਹੈ। ਸੋ ਲਓ ਜੀ ਅਗਲੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਪਹਿਲਾਂ ਖਾਤਰ ਅਣਖ ਤੇ ਸੱਚ ਲਈ ਮਰਨ ਜਿਹੜੇ ਤੇ ਉਹ ਸੂਰਮੇ ਮਰਦ ਦਲੇਰ ਹੁੰਦੇ ਤੇ ਪੀ ਕੇ ਮੁਫ਼ਤ ਦੇ ਘਰੇ ਖਰੂਜ ਪਾਉਂਦੇ, ਉਹ ਤਾਂ ਮਿੱਤਰੋ ਮਿੱਟੀ ਦੇ ਸ਼ੇਰ ਹੁੰਦੇ। ਕੀ ਵੇਖਣਾ ਇਹ ਭੇਡਾਂ ਤੇ ਬੱਕਰੀਆਂ ਦਾ, ਵੇਖਣ ਵਾਲੇ ਆਸਾਨਾਂ ਦੇ ਭੇਡ ਹੁੰਦੇ ਤੇ ਮੱਖਣ ਬਰਾੜਾ ਜੇ ਖਾਣ ਨੂੰ ਮਿਲੇ ਮੁਰਗਾ ਤੇ ਕਿੱਥੋਂ ਦਾਲਣਾ ਸਲਵੇੜ ਹੁੰਦੇ, ਇਹਨਾਂ ਕਿੱਥੋਂ ਦਾਲਣਾ ਸਲਵੇੜ ਹੁੰਦੇ ਨਾਲ ਜਿਹੜਾ ਹੈਪੀ ਬਰਾੜ ਚਾਂਦਣਾ ਵਾਲਾ ਸਰਪੰਚ ਸਰਪੰਚ ਗੁਰਮੀਤ ਸਿੰਘ 100 ਰੁਪਇਆ ਇਨਾਮ ਕਿਹੜਾ ਦਿੰਦੇ ਜੀ? ਉਹ ਵੀ 100 ਰੁਪਇਆ ਇਨਾਮ ਕਿਹਦੇ ਵਾਸਤੇ ਆ? ਮੇਰੇ ਵਾਸਤੇ? ਉਹਨੇ ਯਾਰ ਜੇ ਮੈਨੂੰ ਦੇਣਾ 5-7 ਹਜ਼ਾਰ ਦਿਓ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਆਹ ਮੈਂ ਖਿਡਾਰੀਆਂ ਦਿੰਦਾ, ਬੜੀ ਮਿਹਰਬਾਨੀ, ਜਿਹੜੀ ਵੀ ਟੀਮ ਜੇਤੂ ਹੋਊਗੀ ਉਹਨੂੰ ਦੇਵਾਂ ਮੈਂ। ਬਹੁਤ ਬਹੁਤ ਧੰਨਵਾਦ ਬਾਈ ਜੀ, ਹੁਣ ਆਈਪੀਓ ਵਾਲਾ। ਸੋ ਬਹੁਤ ਬਹੁਤ ਧੰਨਵਾਦ, ਬੜਾ ਸ਼ੁਕਰੀਆ। ਚੱਲ ਜਾਣਾ, ਮੈਂ ਬਸ ਇੱਕ ਗੱਲ ਜ਼ਰੂਰ ਸੁਣਾਉਣੀ ਚਾਹੁੰਦਾ, ਕਹਿੰਦਾ ਪਹਿਲੇ ਪੈਗ ਨਾਲ ਧੁਰਤੜੀ ਰੇਤ ਲੈਂਦਾ ਤੇ ਪੀ ਕੇ ਮੁੱਛਾਂ ਸਵਾਰਦਾ ਕੋਈ ਕੋਈ, ਤੇ ਕੱਚੀ ਪਿੱਲੀ ਦਾ ਕੱਢ ਕੇ ਬਹੁਤ ਪੀਂਦੇ ਪਰ ਪਾ ਕੇ ਲੈਚੀਆਂ ਕਾਢਦਾ ਕੋਈ ਕੋਈ, ਤੇ ਗਾਉਣ ਵਾਲੇ ਤੋਂ ਲੋਟ ਤਾਂ ਬਹੁਤ ਵਾਰਦੇ ਪਰ ਲਿਖਣ ਵਾਲੇ ਤੋਂ ਵਾਰਦਾ ਕੋਈ ਕੋਈ। ਇਹ ਬਾਈ ਨੇ ਬਹੁਤ ਵਧੀਆ ਕੰਮ ਕੀਤਾ, ਅੱਜ ਰਿਵਾਜ ਪਾਤਾ, ਹੁਣ ਮੈਨੂੰ ਲੱਗਦਾ ਹੋਰ ਵੀ ਲੋਟ ਆਉਣਗੇ। ਆਹ ਜਿੰਨੇ ਕੁ ਮੇਰੇ ਚੋਰੀ ਹੋਏ ਲੋਕ ਮਿਲ ਜਾਣਗੇ ਮੈਨੂੰ ਲੱਗਦਾ। ਉਹ ਬੱਲੇ ਆ ਲੈ, ਇੱਧਰ ਹੋਰ ਬਣ ਗਈ ਗੱਲ, 7,000 ਰੁਪਇਆ ਇੱਧਰੋਂ ਆ ਗਿਆ ਮੈਨੂੰ। ਮੇਰੇ ਬਡੂ 3,000 ਸੀਗਾ, ਇੱਕ ਮੇਰੇ ਲਾਈਸੈਂਸ, ਉਹ ਲਾਈਸੈਂਸ ਸੀਗਾ ਮੇਰੇ 2 ਦੇ ਜਾਓ ਬਾਈ, ਪੈਸੇ ਲੈ ਕੇ ਮੇਰੇ ਕੋਲ 2,000 ਹੋਰ ਲੈ ਜਾਓ, ਕੋਈ ਗੱਲ ਨੀ। ਆਹ ਨਾਲੇ ਮੈਂ ਉਹਦਾ ਯਾਰ, ਇਹ ਵੀ ਇੱਕ ਕਲਾ ਹੈ ਯਾਰ, ਜੇ ਮੇਰੇ ਕੋਲ ਲਿਖਣ ਦੀ ਕਲਾ ਤੇ ਕਿਸੇ ਕੋਲ ਬਡੂਆ ਕਰਨ ਦੀ ਕਲਾ ਹੈਗੀ ਹੈ, ਬੜੀ ਵਧੀਆ ਕਲਾ ਹੈ। ਮੈਂ ਆਪਾਂ ਤੁਹਾਨੂੰ ਕਨੇਡਾ ਹੀ ਲਾਈ ਹੋਣਾ, ਉੱਥੇ ਕੰਮ ਕਰਿਆ ਕਰਾਂਗੇ। ਇਹ ਲਾਲੀ ਜਿਵੇਂ ਮੈਂ ਗੱਲ ਕਰਦਾ ਹੁਣ, ਅੱਗੇ ਕੁੜੀਆਂ ਵੀ ਅੱਜ ਕੱਲ੍ਹ ਕਿਸੇ ਗੱਲੋਂ ਘੱਟ ਨਹੀਂ ਹੈਗੀਆਂ। ਆਹ ਨਿੱਕੀ ਜਿਹੀ ਕੁੜੀ ਆ, ਦੰਦਾਂ ਨਾਲ ਇੱਟਾਂ ਵੇਖੋ, ਨੇ 5 ਇੱਟਾਂ ਚੱਕੀਆਂ, ਕਿੱਡਾ ਵਧੀਆ ਗੱਲ ਹੈ। ਮੈਂ ਪਿਛਲੇ ਕੱਲ੍ਹ ਹੀ ਚਲੇ ਗਿਆ ਟੂਰਨਾਮੈਂਟ ਤੇ ਕੁੜੀਆਂ ਦਾ ਮੈਚ ਚੱਲਦਾ ਸੀਗਾ, ਉਹ ਮੈਨੂੰ ਕਹਿੰਦੀ ਅਸੀਂ ਮੁੰਡਿਆਂ ਦੇ ਸ਼ੇਅਰ ਲਿਖਦੇ ਸਾਡੇ ਤੇ ਵੀ ਲਿਖੋ। ਮੈਂ ਸ਼ੇਅਰ ਲਿਖਿਆ ਵੀ ਚਰਖਾ ਕੱਤਣਾ ਬੇਸ਼ੱਕ ਨਹੀਂ ਆਉਂਦਾ ਤੇ ਟਰੱਕ ਟੈਕਸੀਆਂ ਜਹਾਜ਼ ਚਲਾਉਣ ਕੁੜੀਆਂ, ਨੰਬਰ ਲੈ ਕੇ ਸਕੂਲਾਂ ਤੇ ਕਾਲਜਾਂ ਚੋਂ ਮਾਂ ਬਾਪ ਦਾ ਨਾਮ ਚਮਕਾਉਣ ਕੁੜੀਆਂ, ਕਿਸੇ ਗੱਲੋਂ ਵੀ ਮੁੰਡਿਆਂ ਤੋਂ ਘੱਟ ਹੈ ਨੀ, ਢੋਲ ਵੱਜੇ ਤਾਂ ਭੰਗੜੇ ਪਾਉਣ ਕੁੜੀਆਂ, ਪਰ ਮੱਖਣ ਬਰਾੜ ਦੀ ਮੰਨ ਲੈਣ ਗੱਲ ਇੱਕੋ, ਕਿਤੇ ਸੱਸ ਨੂੰ ਜੱਫੇ ਨਾ ਲਾਉਣ ਕੁੜੀਆਂ। ਮੈਂ ਬਾਕੀ ਤਾਂ ਬਾਕੀ ਗੱਲ ਠੀਕ ਹੈ, ਵਿਆਹ ਕੰਮ ਅਗਲੇ ਕਰਨ ਲੱਗ ਜਾ ਮੁੜ ਕੇ, ਕਹਿੰਦਾ ਬੇਬੇ ਤੈਨੂੰ ਹੀ ਜੱਫਾ ਲਾਉਣੀ। ਮੈਂ ਰੱਖ ਹੁਸਨ ਜਵਾਨੀ ਨੂੰ ਸਾਂਭ ਕੁੜੀਏ, ਤੇ ਖਿੜੀ ਰਹਿੰਦੀ ਆ ਮੱਕੀ ਦੀ ਖਿੱਲ ਵਾਂਗੂ, ਤੇ ਰੰਗ ਰੂਪ ਜਦੋਂ ਤੇਰਾ ਉੱਡ ਗਿਆ ਨੀ ਤੇ ਭੈੜੀ ਲੱਗੇਗੀ ਬਿਜਲੀ ਦੇ ਬਿੱਲ ਵਾਂਗੂ, ਤੇ ਮੱਖਣ ਬਰਾੜਾ ਇਹ ਲੋਕ ਨਹੀਂ ਤਰਸ ਕਰਦੇ ਤੇ ਸਿੱਟ ਦੇਣਗੇ ਕੇਲੇ ਦੀ ਛਿੱਲ ਵਾਂਗੂ। ਗਾ ਤੁਸੀਂ ਹਾਂਜੀ ਬੋਲੋ ਜੀ, ਬਈ ਮੈਨੂੰ ਤਾਂ ਨਹੀਂ ਪਤਾ ਮੇਰੇ ਕੋਲ ਆਹ 100 ਜੇ ਤੂੰ ਜਿਹੜਾ ਤੂੰ ਲੈ ਜਾ। ਅੱਛਾ ਉਹ ਤਾਂ ਮੈਨੂੰ ਉੱਥੇ ਹੋਣਾ ਬਈ, ਆ ਵੀ ਜਿੱਤੀ ਟੀਮ ਨੂੰ 100 ਰੁਪਇਆ ਕਿਹੜਾ ਸੋ ਦੇ ਦਿਓ। ਨਹੀਂ ਮੈਂ ਕਿਹਾ ਮੇਰੇ ਕੋਲ 100 ਵਜੇ ਤੂੰ ਜਾਣਾ ਭਰਾ, ਤੂੰ ਲੈ ਜਾ। ਮੇਰਾ ਇਰਾਦਾ ਵੀ ਮੈਂ ਲਾਟਰੀ ਪਾ ਲਈ ਆ ਕੇ, ਅੱਜ ਜੇ ਜਿੱਤ ਗਏ ਅਸੀਂ ਫਿਰ ਮੁੜ ਕੇ ਤੁਹਾਡੇ ਇੱਥੇ ਟੂਰਨਾਮੈਂਟ ਤੇ ਫਿਰ ਲਾ ਦੇਣੇ ਪੈਸੇ। ਲੈ ਵੀ ਆ ਜਿਹੜੀ ਕੁੜੀ ਨੇ ਇੱਟਾਂ ਚੱਕੀਆਂ, ਮੈਂ 100 ਰੁਪਇਆ ਵੀ ਦੇ ਦੇਣਾ। ਅਲਾ ਕੁੜੀਆਂ ਤੂੰ ਲੈ ਲਾ, ਸਾਡੇ ਸਰਪੰਚ ਸਾਹਿਬ ਹੈਪੀ ਬਰਾੜ ਚਾਂਦਣਾਵਾ ਤੇ ਸਰਪੰਚ ਗੁਰਮੀਤ ਸਿੰਘ, ਮੈਂ ਬਹੁਤ ਬਹੁਤ ਧੰਨਵਾਦੀ ਹਾਂ ਬਾਈ ਹੋਣਾਂ ਦਾ, ਬਹੁਤ ਬਹੁਤ ਸ਼ੁਕਰੀਆ। ਚਲੋ ਜੀ ਇਹ ਮੁੰਡਾ ਚੱਲਿਆ ਵੀ ਕਬੱਡੀ ਪਾਉਣ ਵਾਸਤੇ,
ਤੇ ਫਿਰ ਹੋ ਗਿਆ ਮੈਚ ਸ਼ੁਰੂ ਦੁਬਾਰਾ ਤੇ ਬੁੱਕਾ ਕਹਿੰਦੇ ਮੁੰਡੇ ਕਹਿੰਦੇ ਥੋੜੀਆਂ ਜਿਹੀਆਂ ਰਹਿ ਗਈਆਂ ਕੋਲੇ ਤੇ ਮੈਂ ਕਿਹਾ ਇੱਕ ਵਾਰੀ ਗੇੜਾ ਦੇ ਲਓ ਵੀ ਸ਼ਾਇਦ ਆਪਣੇ ਪੈਸੇ ਪੂਰੇ ਹੋ ਜਾਣ ਚਲ ਬਈ ਮੈਂ ਕਿਸੇ ਦਾ ਸਲਾਹ ਕਮੈਂਟਰੀ ਆ ਭਾਈ ਹਾਂ ਬਾਈ ਸਾਡੇ ਪੁਲਿਸਮੈਨ ਕਹਿੰਦੇ ਉਹ ਸ਼ੇਰ ਇੱਕ ਵਾਰ ਫੇਰ ਸੁਣਾ ਦਿਓ ਮੈਂ ਇੱਥੇ ਸੋਹਣਾ ਨਹੀਂ ਜੱਗ ਤੇ ਜੰਮ ਸਕਦਾ ਤੇ ਹਰ ਇੱਕ ਬੰਦੇ ਨੂੰ ਇਹ ਗਰੂਰ ਹੁੰਦਾ ਤੇ ਮੇਰੇ ਸਾਹਮਣੇ ਰੱਬ ਨਹੀਂ ਝਾਕ ਸਕਦਾ ਤੇ ਵੈਲੀ ਬੰਦੇ ਨੂੰ ਇਹ ਫਤੂਰ ਹੁੰਦਾ ਪਰ ਲੰਮੀ ਜ਼ਿੰਦਗੀ ਇਹ ਨਹੀਂ ਭੋਗ ਸਕਦਾ ਮਾੜੇ ਕੰਮਾਂ ਵਿੱਚ ਜਿਹੜਾ ਮਸ਼ਹੂਰ ਹੁੰਦਾ ਤੇ ਮੱਖਣ ਬਰਾੜਾ ਦੇ ਕਤਲ ਵੀ ਕਰਨ ਦੋਵੇਂ ਤੇ ਨਾਲ ਜੱਟ ਦੇ ਮਜ਼ਬ ਵੀ ਜ਼ਰੂਰ ਹੁੰਦਾ ਮੈਂ ਐਡਮਿੰਟਨ ਸ਼ਹਿਰ ਸਾਡੇ ਉੱਥੇ ਇੱਕ ਮੈਂ ਚਲਾ ਗਿਆ ਮੇਲਾ ਸੀਗਾ ਸ਼ਾਮ ਜੀ ਨੂੰ ਇੱਕ ਮੁੰਡਾ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਉੱਥੇ ਗਿਆ ਸੀ ਕਿਤੇ ਪੰਜਵੀਂ ਚੋਂ ਹਟ ਕੇ ਬਾਹਰ ਚਲਾ ਗਿਆ ਮੈਨੂੰ ਸ਼ਾਮ ਨੂੰ ਕਹਿੰਦਾ ਘਰੇ ਲੈ ਕੇ ਜਾਣਾ ਮੈਂ ਵੀ ਚੱਲ ਇਸ ਵੇਲੇ ਮੈਨੂੰ ਘਰੇ ਲੈ ਗਿਆ ਲਿਆ ਕੇ ਮੈਨੂੰ ਉਹਨੇ ਰੂਮ ਵਿੱਚ ਭਾ ਲਿਆ ਕਰਿਆ ਸੀ ਘਰ ਵਾਲੀ ਕੋਲ ਇੱਧਰ ਹੋਣ 'ਚ ਉਹ ਲੈ ਵੀ ਉੱਧਰ ਪੈ ਗਿਆ ਪੰਗਾ ਆਹ ਤਾਂ ਮੈਨੂੰ ਲੱਗਦਾ ਪਾਕਿਸਤਾਨ ਭੇਜਤਾ ਲੱਗਦਾ ਇਹ ਤਾਂ ਧੱਕਾ ਪਤੰਦ ਇਹੋ ਜਿਹਾ ਮਾਰਦਾ ਜਿਵੇਂ ਖੰਡ ਪਾਠ ਵਾਲੇ ਘਰ ਸ਼ਰਾਬੀ ਨੂੰ ਮਾਰਦੇ ਹੁੰਦੇ ਨਾ ਆਪਾਂ ਕੱਢਿਆ ਬਾਹਰ ਜਾਫੀ ਦਾ ਤੋ ਮੈਂ ਜੇ ਉਹ ਦੇਖਿਆ ਵੀ ਬੰਦਾ ਮੈਨੂੰ ਘਰੇ ਤਾਂ ਲੈ ਆਇਆ ਯਾਰ ਕੀ ਕਰੀ ਕੀ ਜਾਂਦਾ ਜਿਵੇਂ ਤਾਂ ਝਾਕਿਆ ਤੇ ਉੱਥੇ ਕੋਈ ਬਾਬੇ ਦੀ ਫੋਟੋ ਲੱਗੀ ਮੈਂ ਲੈ ਪੰਗਾ ਹੀ ਲੈ ਰਿਹਾ ਗਲਤ ਘਰੇ ਆ ਗਏ ਮੈਂ ਚਲੋ ਸ਼ੇਅਰ ਲਿਖਣਾ ਸ਼ੁਰੂ ਕਰਤਾ ਕਹਿੰਦਾ ਪੰਜ ਕਲਾਸਾਂ ਤੋਂ ਮਸਾਂ ਸੀ ਪਾਸ ਕਰੀਆਂ ਤੇ ਤੋੜੀ ਫੁਲਕਾ ਤੋਂ ਵਧੀਆ ਚਲਾਈ ਫਿਰਦਾ ਤੇ ਬਾਹਰ ਬੈਠ ਕੇ ਫੋਕੀਆਂ ਫੜਾਂ ਮਾਰੇ ਤੇ ਘਰੇ ਆਣ ਕੇ ਨੀਵੀਆਂ ਪਾਈ ਫਿਰਦਾ ਉਹ ਫੋਟੋ ਹੈਗੀ ਤਾਂ ਭਗਤ ਸਿੰਘ ਦੀ ਲਾ ਕੰਧ ਤੇ ਉਹ ਬੋਗਲੇ ਸਾਹਿਬ ਦੀ ਲਾਈ ਫਿਰਦਾ ਕਿਤੇ ਹੈਗੀ ਤਾਂ ਚੱਕ ਕੇ ਲੈ ਭੋਲਾ ਕੇ ਮੱਖਣ ਬਰਾੜ ਦੇ ਗੜੇ ਕਢਾਈ ਫਿਰਦਾ ਆਹੀ ਸਤਨਾਮ ਖਾਰਾ ਹਾਂਜੀ ਹਾਂਜੀ ਸੈਂਪਾ ਲੰਡੇ ਕੇ ਮੰਡੀਲਾ ਡਾਕਟਰ ਲੰਡੇ ਕੇ ਮੰਡੀਲਾ ਪੰਮਾ ਮੰਡੀਲਾ ਇਹਨਾਂ ਤਿੰਨਾਂ ਵੱਲੋਂ ਜੋ ਸੈਦੋ ਦਾ ਮੰਟੂ ਆ ਬੈਟਰੀ ਆ ਕਿਤੇ ਬੈਟਰੀ ਉਹਨੂੰ ਹਰ ਜੱਫੇ ਤੇ 15,000 ਦੀ ਨੋਟ ਕਰ ਲਿਓ ਤੁਸੀਂ ਪੰਮੇ ਤੋਂ ਲੈਣੇ ਆ ਆਪਾਂ ਗਿਣ ਗਿਣ ਕੇ ਤੁਸੀਂ ਆਪਦਾ ਚਾਰਜ ਕਦੋਂ ਲਾਈ ਕੀ ਫਾਇਦਾ ਉਹ ਦੂਜੀ ਚਾਰਜ ਆ ਲਾ ਵੀ ਬਸ ਉਹ ਲਿਆ ਦੇ ਮੈਨੂੰ ਹੈਲੋ ਜੋ ਤਿੰਨ ਟੀਮਾਂ ਪਹਿਲਾਂ ਬਾਕੀ ਨੇ ਤੇ ਇੱਕ ਟੀਮ ਜਿਹੜੀ ਇਹਨਾਂ ਚੋਂ ਜਿੱਤੂਗੀ ਚਾਰਾਂ ਟੀਮਾਂ ਦੀਆਂ ਟਾਈਆਂ ਇਸ ਟਾਈਮ ਤੇ ਅਸੀਂ ਸਟੇਜ ਦੇ ਮੂਹਰੇ ਗਰਾਊਂਡ ਵਿੱਚ ਕੱਢਣ ਲੱਗੇ ਹਾਂ ਟੈਨਾਂ ਦੇ ਰਚਨੇ ਤੇ ਇੱਕ ਜਿਹੜੀ ਇਹਨੇ ਠਹਿਰ ਕੇ ਪਵਾਵੇ ਉਧਰ ਸਾਡੇ ਪ੍ਰਬੰਧ ਕੀ ਟਾਂਗਾ ਕੱਢ ਰਹੇ ਨੇ ਸੋ ਬਹੁਤ ਬਹੁਤ ਜਵਾਨੀ ਸਾਰੀਆਂ ਟੀਮਾਂ ਦਾ ਇੱਕ ਕਪਤਾਨ ਉਹ ਸਾਡੇ ਕੋਲ ਇੱਥੇ ਆ ਸਕਦੇ ਨੇ ਸਟੇਜ ਦੇ ਸਾਹਮਣੇ ਸਾਰੀਆਂ ਟੀਮਾਂ ਦਾ ਇੱਕ ਕਪਤਾਨ ਇੱਥੇ ਆ ਸਕਦੇ ਅਸੀਂ ਇਹਨਾਂ ਟਾਂਗਾਂ ਚੋਂ ਕੱਢਣ ਜਾ ਰਹੇ ਹਾਂ ਸਾਡੇ ਪੰਜਾਬੀ ਲੋਕ ਹੈ ਔਰ ਸਾਫ਼ ਸੁਥਰੀ ਗਾਇਕੀ ਦੇ ਮਾਲਕ ਭਾਈ ਗਿੱਲ ਹਰਦੀਪ ਜੀ ਉਹਨਾਂ ਦੇ ਬ੍ਰਦਰ ਵਿਸ਼ੇਸ਼ ਤੌਰ ਤੇ ਪੁੱਜੇ ਆ ਅਸੀਂ ਉਹਨੂੰ ਜੀਓ ਆ ਧੰਨਵਾਦ ਆਖਦੇ ਹਾਂ ਗਿੱਲ ਹਰਦੀਪ ਦੇ ਜੋ ਬ੍ਰਦਰ ਜੀ ਵਿਸ਼ੇਸ਼ ਤੌਰ ਤੇ ਗਿਲਸਾ ਪਹੁੰਚੇ ਨੇ ਅਸੀਂ ਉਹਨੂੰ ਜੀਓ ਆ ਧੰਨਵਾਦ ਆਖਦੇ ਹਾਂ ਜਿਹੜੇ ਪੂਰੇ ਹਿੱਕ ਦੇ ਜੋੜ ਤੇ ਗਾਉਂਦੇ ਨੇ ਮੇਰੇ ਦਰਸ਼ਕੀ ਨੂੰ ਗਿੱਲ ਹਰਦੀਪ ਕੋਕਰੀ ਹਾਂਜੀ ਵੀਰੇ ਹੈਲੋ ਬਹੁਤ ਬੱਠਾ ਚਾਰ ਟੀਮਾਂ ਜਿਹੜੀਆਂ ਚਾਰ ਟੀਮਾਂ ਏ ਟੀਮਾਂ ਉਹਨਾਂ ਦੀਆਂ ਟਾਈਆਂ ਗਰਾਊਂਡ ਵਿੱਚ ਕੱਢਣ ਲੱਗੇ ਨਾ ਦੇਖੋ ਛੋਟਾ ਜਿਹਾ ਕਰਤਾ ਚੱਕੇ ਦੋ ਦੇ ਦੇਵੇ ਚਲੋ ਜੀ ਕਾਫੀ ਤੋਂ ਟੱਪਾ ਹੁੰਦੀ ਹੈ ਉਹ ਵੀ ਚੱਕ ਲਿਆ ਪਲੂਰ ਤੇ ਪਿੰਡਾਂ ਹਾਂ
ਜਿਹੜੀ ਇਹਨਾਂ ਚੋਂ ਜਿੱਤੂਗੀ ਉਹ ਸਾਥੂ ਵਾਲੇ ਨਾਲ ਖੇਡੂਗੀ। ਭਿੰਦਰ ਭਣੋਰ ਜਿਹੜੀ ਇਹਨਾਂ ਚੋਂ ਜਿੱਤੂਗੀ ਉਹ ਸਾਥੂ ਵਾਲੇ ਨਾਲ ਖੇਡੂਗੀ। ਧੰਨਵਾਦ ਜੀ। ਮੈਚ ਬਹੁਤ ਪਏ ਆ ਜੀ, ਸਰ ਜੂਗਾ ਕੋਈ ਨੀ ਦੂਜੀ ਜਾ ਟੂਰਨਾਮੈਂਟ ਕਮੇਟੀ ਵੱਲੋਂ ਭਾਵੇਂ ਸਾਡੀ ਕਮੇਟੀ ਦਾ ਮੈਂਬਰ ਆ ਭਾਵੇਂ ਸੀਨੀਅਰ ਮੈਂਬਰ ਹੈ, ਮੈਂ ਕਹਿਣਾ ਹੋਵਾਂ ਅਸੀਂ ਬੇਨਤੀ ਕਰਦੇ ਹਾਂ ਸਾਰੇ ਮੈਂਬਰਾਂ ਨੂੰ, ਆਪਣੇ ਮੈਚ ਰਹਿ ਗਏ ਤਿੰਨ, ਹੁਣ ਜੋ ਦਰਸ਼ਕਾਂ ਨੇ ਵੇਖਣਾ ਬਹੁਤ ਫਸਮੇ ਮੈਚ ਹੋਣੇ ਆ। ਜਿਹੜੇ ਵੀ ਕਮੈਟਰ ਆ ਰੈਫਰੀਆਂ ਦੀਆਂ ਡਿਊਟੀਆਂ ਲੱਗੀਆਂ, ਜੋ ਪਾਣੀ ਪਾਉਣ ਵਾਲਾ ਉਹਦੀ ਸਾਈਡ ਤੇ ਆ ਜਾਓ, ਜਿਹੜਾ ਕਮੈਟਰ ਆ ਉਹ ਵੀ ਜੋ ਗਹਿਰਾ ਉਸ ਤੋਂ ਬਾਅਦ ਪਾਸੇ ਆ ਜਾਣਾ ਤੁਸੀਂ। ਅਸੀਂ ਨਾ ਵਾਰ ਵਾਰ ਬੇਨਤੀ ਕਰਦੇ ਹਾਂ ਭਾਵੇਂ ਸਾਫੋ ਦੀ ਟੀਮ ਹੈ ਚਾਹੇ ਬਾਹਰ ਹੈ, ਲੀੜੇ ਦੇ ਵਿੱਚ ਖਿਡਾਰੀਆਂ ਦੇ ਨਾਲ ਕੋਈ ਵੀ ਨਹੀਂ ਹੋਣਾ ਚਾਹੀਦਾ। ਜੇ ਕਿਸੇ ਨੇ ਸਾਡੇ ਕੋਲੋਂ ਉਹ ਲਾਉਣੀ ਆਪਣੀ ਸਪਰੇ ਉਹ ਅਸੀਂ ਸਟੇਜ ਦੇ ਪਾਸੇ ਦੋਗੇ। ਨਹੀਂ ਕੋਈ ਨਾ ਪ੍ਰਸਿੱਧ ਗੀਤਕਾਰ ਮੱਖਣ ਰਾਜ ਜੀ ਇੱਧਰ ਨੌਜਵਾਨ ਨੇ ਡੰਡ ਕੱਢੇ ਆ, 400 ਡੰਡ ਲਾਏ ਆ ਤੇ ਗਿਰਾ ਲਾਉਣਾ ਦਸਕਾ ਦਿੱਤੇ ਵਿੱਚ 40 ਨੌਜਵਾਨ ਦਾ ਭਰੂਰ ਤੇ ਪਿੰਡਰ ਚੱਲਦੀ ਆ ਭਰੂਰ ਵਾਸੀ ਪਿੰਡਰ ਔਰ ਇਸ ਪਿੰਡ ਵਿੱਚ ਉੱਠ ਕੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਜਾ ਕੇ ਆਪਣੀਆਂ ਪੈਰਾਂ ਪਾਇਆ ਔਰ ਉੱਥੇ ਕਬੱਡੀ ਨੂੰ ਜਿੱਥੇ ਉੱਚਾ ਚੁੱਕਿਆ ਬਹੁਤ ਵੱਡੀ ਦੇਰ ਹੈ। ਹਾਂਜੀ ਸਾਡੇ ਕੋਲ ਆਏ ਜਿਹੜੇ ਆ ਜੋ ਕਮੇਟੀ ਨੇ 11 ਖਿਡਾਰੀ ਨੇ ਉਹਨਾਂ ਨੂੰ ਮਾਣ ਸਨਮਾਨ ਦੇਣਾ ਕਮੇਟੀ ਵੱਲੋਂ, ਉਹ ਅਜੇ ਬਣਾਇਓ ਕਰੋ ਤੁਸੀਂ ਮੂਵੀ ਇਹਨਾਂ ਦੀ। ਹਾਂਜੀ ਕਮੇਟੀ ਵੱਲੋਂ ਮਾਣ ਸਨਮਾਨ ਦਿੱਤਾ ਜਾ ਰਿਹਾ ਪਲੂਰ ਤੇ ਪਿੰਡਰ ਚੱਲਦੀ ਆ ਪਲੂਰ ਵਾਸੇ ਪਿੰਡਰ। ਦਰਸ਼ਨ ਸਿੰਘ ਜੀ ਸਾਫੂ ਵਾਲੀ ਆ ਤੁਹਾਡੇ ਇਸ ਇਲਾਕੇ ਦਾ ਮਾਣ ਮਿਲੇ ਪੰਜਾਬੀ ਵੀਰੋ, ਕਿਉਂਕਿ ਹਰ ਖਿਡਾਰੀ ਨੂੰ ਸਨਮਾਨ ਦਿੰਦੇ ਨੇ ਸਰਦਾਰ ਦਰਸ਼ਨ ਸਿੰਘ ਜੀ ਸਾਫੂ ਵਾਲਾ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੈ। ਮੱਖਣ ਬਲਾਲ ਜੀ ਮਲ ਕੇ ਨਾਲ ਹੀ ਖੇਡੇ ਹਰਦੀਪ ਤੇ ਬਰਦਰ ਜੀ ਜੱਗਾ ਚੀਮਾ ਰਾਜੂ ਮੱਲੀ ਸਤਨਾਮ ਇਹਨਾਂ ਨਾਲ ਸ੍ਰੀ ਸਨਮਾਨ ਹੋ ਰਿਹਾ ਜੀ ਕਮੇਟੀ ਵੱਲੋਂ। ਕਮੇਟੀ ਵੱਲੋਂ ਸ੍ਰੀ ਸਨਮਾਨ ਜੱਗਾ ਚੀਮਾ ਰਾਜੂ ਮੱਲੀ ਸਤਨਾਮ ਸਿੰਘ ਕਮੇਟੀ ਵੱਲੋਂ ਸ੍ਰੀ ਸਨਮਾਨ ਹੋ ਰਿਹਾ ਜੀ ਇਹਨਾਂ ਨਾਲ ਜਨਾਂ ਦਾ। ਹਾਂਜੀ ਜਿਹੜਾ ਹੁਣ ਮੈਚ ਹੋਇਆ ਹੈ ਭਨੋਰ ਵਾਸੀ ਪਿੰਡਰ ਭਨੋਰ ਵਾਸੀ ਪਿੰਡਰ ਭਨੋਰ ਵਾਸੀ ਪਿੰਡਰ ਭਨੋਰ ਤੇ ਪਿੰਡਰ ਦੀਆਂ ਟੀਮਾਂ ਜਲਦੀ ਆਉਣ ਭਨੋਰ ਵਾਸੀ ਪਿੰਡਰ ਸਾਡੇ ਰੇਪਾ ਭਾਜੀ ਨਾਲ ਹੀ ਸਰ ਅਮਰ ਸਿੰਘ ਜੀ ਸਰਪੰਚ ਸਾਹਿਬ ਔਰ ਨਾਲ ਹੀ ਪੱਪਾ ਸਿੰਘ ਜੀ ਨਾਲ ਹੀ ਸਾਡਾ ਜੀ ਜੱਸਾ USA ਇਹਨਾਂ ਵੱਲੋਂ ਜਿਹੜਾ ਮਾਣ ਸਨਮਾਨ ਕੀਤਾ ਜਾਂਦਾ ਖਿਡਾਰੀਆਂ ਨੂੰ ਔਰ ਲੋਕਾਂ ਦੇ ਨਾਲ। ਸੋ ਦੋ ਟੀਮਾਂ ਜਲਦੀ ਜਲਦੀ ਖੇਡ ਮੈਦਾਨ ਵਿੱਚ ਆਉਣ। ਵਾਹਿਗੁਰੂ ਵਾਹਿਗੁਰੂ ਦੀ ਸੰਗਤਾਂ ਵੱਲੋਂ ਦਾਸਾਂ ਰੁਕਣਾ ਰਾਜ ਨੂੰ ਖੇਡ ਦਾ ਮੁਕਾਬਲਾ ਹੋ ਰਿਹਾ ਹੈ।
ਸਾਰੇ ਕਮੈਂਟਰ ਵੀਰਾਂ ਨੂੰ ਆਪਾਂ ਟਾਈਮ ਦੇਣਾ। ਬਹੁਤ ਬਹੁਤ ਧੰਨਵਾਦੀ ਹੈ ਮੱਖਣ ਬਰਾੜ ਜੀ ਦੀਆਂ ਥੋੜੀਆਂ ਜਿਹੀਆਂ ਕਿਤਾਬਾਂ ਰਹੀ ਹੈ ਉਹਨਾਂ ਦੇ ਲੱਖ ਲੱਖ ਰੁਪਏ ਸ਼ਬਦ ਆ ਉਹ ਮੁੰਡਾ ਕਿਹੜਾ ਦੇ ਰਿਹਾ ਉਹਦਾ ਤੁਸੀਂ ਕਿਤਾਬਾਂ